ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਵਾਰੀ ਸਾਜੀ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਬੈਠ ਕੇ ਗੁਰਬਾਣੀ ਜੀ ਦਾ ਕੀਰਤਨ ਸੁਣਨ ਦਾ, ਪਰਮੇਸ਼ਰ ਜੀ ਦੇ ਭਜਨ ਵਿੱਚ ਜੁੜਨ ਦਾ, ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰਨ ਦਾ ਸਮਾਂ ਸੁਭਾਗਾਂ ਭਰਿਆ ਸਤਿਗੁਰੂ ਜੀ ਦੀ ਮਿਹਰ ਦੇ ਨਾਲ, ਕਿਰਪਾ ਦੇ ਨਾਲ ਸਾਨੂੰ ਪ੍ਰਾਪਤ ਹੋਇਆ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਦਾਸ ਦੀ ਅਤੇ ਆਪਣੀ ਹਾਜ਼ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਵਾਓ। ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ, ਮਨ ਹਾੜੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਆਪ ਜੀ ਬੜੇ ਪਿਆਰ ਨਾਲ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਣ ਕਰ ਰਹੇ ਸੀਗੇ। ਇਕੱਲੀ ਇਕੱਲੀ ਗੱਲ ਦੱਸਾਂ ਸਮਾਂ ਬੜਾ ਲੱਗ ਜਾਣਾ ਅਤੇ ਲੜੀਵਾਰ ਕਥਾ ਰਹਿ ਜਾਣੀ ਹੈ। ਮਨ ਨੂੰ ਹਾੜੀ ਕਿਵੇਂ ਬਣਾਉਣਾ, ਹਾੜੀ ਕੀ ਹੁੰਦਾ, ਮਨ ਹਾੜੀ ਕਿਰਸਾਣੀ ਕਰਨੀ ਫਿਰ ਖੇਤੀ ਕਰਨੀ ਹੈ, ਵਾਹਿਗੁਰੂ ਜੀ ਦੇ ਨਾਮ ਦਾ ਬੀਜ ਕਿਵੇਂ ਪਾਉਣਾ, ਸੰਤੋਖ ਦਾ ਸੁਹਾਗਾ ਕਿਵੇਂ ਫੇਰਨਾ, ਗਰੀਬੀ ਵੇਸ ਕਿਵੇਂ ਰੱਖਣਾ, ਇਹ ਸਾਰੀ ਗੱਲ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹੀ ਹੈ ਜੀ। ਜਿਹਦੇ ਨਾਲ ਵਾਹਿਗੁਰੂ ਜੀ ਦੇ ਨਾਮ ਦੀ ਖੇਤੀ ਕਰਨੀ ਹੈ ਜੀ। ਇੱਕ ਗੱਲ ਕਹਿ ਕੇ ਫਿਰ ਲੜੀਵਾਰ ਕਥਾ ਵਿੱਚ ਜੁੜਨ ਦਾ ਯਤਨ ਕਰੀਏ। ਮਹਾਰਾਜ ਕਹਿੰਦੇ ਨਾਮ ਦਾ ਬੀਜ ਪਾ ਅਤੇ ਉਹਦੇ ਉੱਤੇ ਸੰਤੋਖ ਦਾ ਸੁਹਾਗਾ ਫੇਰ ਦੇ। ਜਿਹੜੇ ਖੇਤੀਬਾੜੀ ਵਾਲੇ ਆ, ਕਥਾ ਬੜੀ ਦੂਰ ਤੱਕ ਜਾ ਰਹੀ ਹੈ, ਸੰਗਤਾਂ ਨੇ ਸਰਵਣ ਕਰਨੀ ਹੈ। ਜਿਹੜੇ ਖੇਤੀਬਾੜੀ ਵਾਲੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਬੀਜ ਪਾ ਕੇ ਅਤੇ ਫਿਰ ਉੱਤੇ ਸੰਤੋਖ ਦਾ ਸੁਹਾਗਾ ਫੇਰਨ ਦੀ ਗੱਲ ਕੀਤੀ। ਜੇ ਉਹਦੇ ਉੱਤੇ ਸੁਹਾਗਾ ਫਿਰ ਜਾਏ ਜੀ, ਉਹ ਬੀਜ ਧਰਤੀ ਵਿੱਚ ਗੁਪਤ ਹੋ ਜਾਂਦਾ ਹੈ ਜੀ। ਜਦੋਂ ਉਹ ਬੀਜ ਧਰਤੀ ਦੇ ਵਿੱਚ ਗੁਪਤ ਹੋ ਜਾਂਦਾ ਹੈ, ਢੱਕਿਆ ਜਾਂਦਾ ਹੈ ਨਾ ਜੀ, ਫਿਰ ਉਹਦੇ ਵਿੱਚੋਂ ਕੁਛ ਨਾ ਕੁਛ ਪੁੰਗਰਦਾ ਹੈ ਅਤੇ ਉਹ ਫਸਲ ਬਣਦੀ ਹੈ ਜੀ। ਬੀਜ ਪਾ ਕੇ ਜੇ ਸੁਹਾਗਾ ਨਾ ਫੇਰੀਏ, ਫਿਰ ਸਾਧ ਸੰਗਤ ਜੀ ਉਸ ਦਾਣੇ ਨੂੰ ਚਿੜੀਆਂ ਕਾਵਾਂ ਪਸ਼ੂ ਪੰਛੀ ਜਿਹੜੇ ਆ ਉਹ ਚੁੱਗ ਜਾਂਦੇ ਆ ਜੀ, ਪੰਛੀ ਚੁੱਗ ਜਾਂਦੇ ਆ। ਇਸੇ ਤਰ੍ਹਾਂ ਨਾਮ ਦੀ ਕਮਾਈ ਹੈ। ਭਜਨ ਕੋਈ 2 ਘੰਟੇ ਬੈਠ ਕੇ ਕਰੇ, ਕੋਈ 4 ਘੰਟੇ ਬੈਠ ਕੇ ਕਰੇ, ਜਿਤਨਾ ਸਮਾਂ ਵੀ ਕੋਈ ਰੱਬ ਦਾ ਨਾਮ ਜਪਦਾ ਭਜਨ ਕਰਦਾ ਹੈ, ਜੇ ਤਾਂ ਉਹ ਰੌਲਾ ਪਾਈ ਜਾਏਗਾ ਤਾਂ ਦੁਨੀਆਂ ਵਾਲੇ ਚੁੱਗ ਕੇ ਲੈ ਜਾਣਗੇ। ਸਾਰਾ ਕੀਤਾ ਕਰਾਇਆ ਵਿਅਰਥ ਕਰਨ ਵਾਲੀ ਗੱਲ ਹੈ, ਭਜਨ ਪਾਠ ਕਰਕੇ ਰੌਲਾ ਪਾਈ ਜਾਣਾ ਜੀ ਵੀ ਮੈਂ ਕੀਤਾ ਹੈ ਜੀ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲੱਗ ਗਰਭ ਜੋਨ ਮੈਂ ਫਿਰਤਾ। ਜੇ ਬੰਦਾ ਸੋਚੇ ਭਜਨ ਮੈਂ ਕਰ ਰਿਹਾ, ਕਥਾ ਮੈਂ ਕਰ ਰਿਹਾ, ਮੈਂ ਸੁਣ ਰਿਹਾ, ਫਿਰ ਮਹਾਰਾਜ ਕਹਿੰਦੇ ਪੰਗਾ ਖੜਾ ਹੀ ਰਹੇਗਾ। ਗਰਭ ਜੋਨੀ ਵਿੱਚ ਬੰਦਾ ਜੰਮਦਾ ਰਹੇਗਾ, ਮਰਦਾ ਰਹੇਗਾ, ਭਾਵ ਜੰਮਦਾ ਮਰਦਾ ਰਹੇਗਾ, ਗਰਭ ਜੋਨੀ ਦਾ ਦੁੱਖ ਪਾਏਗਾ। ਇਸ ਕਰਕੇ ਸੰਤੋਖ ਦਾ ਸੁਹਾਗਾ ਫੇਰ ਦੇਣਾ। ਕੁਛ ਨਹੀਂ ਕਹਿਣਾ ਵੀ ਮੈਂ ਇੰਨੇ ਘੰਟੇ ਨਾਮ ਜਪਿਆ, ਮੈਂ ਆਹ ਕੁਝ ਕੀਤਾ, ਬਲਕਿ ਹੋ ਸਕਦਾ ਤਾਂ ਆਪਣੀ ਬੁਰਿਆਈ ਦੱਸੋ ਵੀ ਮੈਂ ਇਹ ਮਾੜਾ ਕੰਮ ਕੀਤਾ ਤਾਂ ਕਿ ਸੰਗਤ ਦੀ ਨਿਗਾਹ ਵਿੱਚ ਆਵੇ ਤਾਂ ਮਾੜਾ ਕੰਮ ਕੱਟਿਆ ਜਾਵੇ ਜੀ। ਹੋ ਸਕਦਾ ਤਾਂ ਆਪਣਾ ਕੀਤਾ ਹੋਇਆ ਮਾੜਾ ਕੰਮ ਦੱਸੋ, ਨੇਕ ਕੰਮ ਅਤੇ ਵਾਹਿਗੁਰੂ ਜੀ ਦਾ ਜਿਹੜਾ ਭਜਨ ਕੀਤਾ ਨਾ ਉਹ ਨਾ ਦੱਸੋ ਕਿਸੇ ਨੂੰ ਜੀ, ਉਹ ਨਾ ਦੱਸੋ। ਉਹ ਜਿੰਨਾ ਗੁਪਤ ਰੱਖੋਗੇ ਉਨਾ ਲਾਹੇਵੰਦ ਹੈ। ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ। ਉਹ ਜਿੰਨਾ ਗੁਪਤ ਰੱਖਾਂਗੇ ਨਾ ਜੀ ਉਨਾ ਲਾਭਵੰਦ ਹੈ, ਉਨਾ ਫਾਇਦੇਮੰਦ ਹੈ,
ਤੇ ਜਿੰਨਾ ਬੰਦਾ ਰੌਲਾ ਪਾਈ ਜਾਏਗਾ, ਜਿਹੜਾ ਲੋਕਾਂ ਦੀ ਨਿਗਾਹ ਵਿੱਚ ਆ ਗਿਆ ਉਹ ਅਡੰਬਰ ਦਾ ਰੂਪ ਧਾਰਨ ਕਰ ਲੈਂਦਾ ਹੈ, ਅਤੇ ਸਾਧ ਸੰਗਤ ਦੀ ਉਹ ਫਿਰ ਬਹੁਤਾ ਫਲੀਭੂਤ ਨਹੀਂ ਹੁੰਦਾ ਜੀ। ਇਸ ਕਰਕੇ ਮਹਾਰਾਜ ਕਹਿੰਦੇ ਸੰਤੋਖ ਦਾ ਸੁਹਾਗਾ ਫੇਰ ਦੇਣਾ, ਸੰਤੋਖ ਰੱਖਣਾ, ਕਿਸੇ ਨੂੰ ਕੁਝ ਨਹੀਂ ਦੱਸਣਾ, ਜਪਿਆ ਹੋਇਆ ਨਾਮ ਜਿਹੜਾ ਗੁਪਤ ਰੱਖਣਾ, ਅੰਦਰ ਰੱਖਣਾ, ਜਦੋਂ ਕਿਸੇ ਨੂੰ ਦੱਸਣਾ ਇਹ ਦੱਸਣਾ ਵੀ ਮੈਂ ਮੰਦਾ ਬਹੁਤ ਹੈ, ਮੈਂ ਇਹ ਮਾੜਾ ਕੰਮ ਕਰਦਾ, ਇਹ ਮੇਰੇ ਕੋਲੋਂ ਪਾਪ ਹੋ ਰਿਹਾ, ਕਿੰਨੀ ਨਿੰਦਿਆ ਕਰਨ ਰਹੇ ਹੈ, ਕਿੰਨਾ ਝੂਠ ਦਿਨ ਰਾਤ ਬੋਲਣ ਰਹੇ ਹੈ, ਜੇ ਦੱਸਣਾ ਤਾਂ ਇਹ ਦੱਸਣਾ ਹੈ, ਇਹ ਨਹੀਂ ਦੱਸਣਾ ਵੀ ਅਸੀਂ ਤਾਂ ਬੜੇ ਧਰਮੀ ਹਾਂ ਜੀ। ਲੜੀਵਾਰ ਕਥਾ ਕਰਨੀ, ਮੈਂ ਇੱਕ ਮਿੰਟ ਵਿੱਚ ਕਹਿ ਕੇ ਕਥਾ ਤੋਰਨ ਦਾ ਯਤਨ ਕਰਾਂਗਾ। ਕਾਰਨ ਪਤਾ ਕੀ ਹੈ, ਧਾਰਮਿਕ ਹੋ ਕੇ ਹੁਣ ਧਰਮ ਕੀ ਸਿਖਾਉਂਦਾ ਬੰਦੇ ਨੂੰ ਚੰਗੇ ਕੰਮ ਕਰਨੇ, ਜਿਹੜਾ ਧਰਮ ਹੈ ਉਹ ਬੰਦੇ ਨੂੰ ਚੰਗੇ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ ਜੀ। ਚੰਗੇ ਕੰਮ ਕਰਨੇ, ਇਹਦੀ ਜਾਂਚ ਸਾਨੂੰ ਧਰਮ ਸਿਖਾਉਂਦਾ ਹੈ। ਹੁਣ ਜਦੋਂ ਬੰਦਾ ਧਰਮ ਦੇ ਰਸਤੇ 'ਤੇ ਚੱਲਦਾ, ਚੰਗੇ ਕਰਮ ਕਰਦਾ, ਫਿਰ ਉਹਨਾਂ ਨੂੰ ਛੁਪਾ ਕੇ ਰੱਖਣਾ ਬੜਾ ਔਖਾ ਹੋ ਜਾਂਦਾ ਹੈ ਜੀ। ਅਤੇ ਧਰਮ ਉਹਨਾਂ ਨੂੰ ਲੁਕੋ ਕੇ ਰੱਖਣ ਦੀ ਵੀ ਜਾਂਚ ਦੱਸਦਾ ਵੀ ਇਹਨਾਂ ਨੂੰ ਲੁਕੋ ਕੇ ਕਿਵੇਂ ਰੱਖਣਾ ਹੈ। ਪਰ ਹੁੰਦਾ ਉਲਟ ਹੈ, ਚੰਗੇ ਕੰਮ ਕਰਕੇ ਬੰਦਾ ਰੌਲਾ ਪਾਉਣ ਲੱਗ ਪੈਂਦਾ ਹੈ ਵੀ ਮੈਂ ਇਹ ਚੰਗਾ ਕੰਮ ਕੀਤਾ ਹੈ। ਉਹ ਉੱਥੇ ਕੀ ਗੱਲ ਰਹਿੰਦੀ ਹੈ ਜੀ ਫਿਰ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਤੋਖ ਦਾ ਸੁਹਾਗਾ ਫੇਰ ਦਿਆ ਕਰੋ, ਸਬਰ ਰੱਖਣਾ, ਨਾਮ ਜਪ ਕੇ ਕਾਹਲੇ ਨਹੀਂ ਪੈਣਾ ਜੀ, ਬੜਾ ਸਬਰ ਰੱਖਣਾ। ਸੋ ਇਹ ਸ਼ਬਦ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਸੀ। ਸੱਚੇ ਪਾਤਸ਼ਾਹ ਮਿਹਰ ਕਰਨ, ਪਹਿਲਾਂ ਨਾਮ ਦਾ ਬੀਜ ਪਾਵਾਂਗੇ, ਫਿਰ ਹੀ ਸੰਤੋਖ ਦਾ ਸੁਹਾਗਾ ਫੇਰਾਂਗੇ। ਸੁਹਾਗਾ ਵਿਚਾਰਾ ਕੀ ਕਰੂਗਾ ਜੀ ਜੇ ਬੀਜ ਹੀ ਨਾ ਹੋਇਆ ਜੀ। ਸੁਹਾਗਾ ਤਾਂ ਬੀਜ ਵਾਸਤੇ ਫੇਰਨਾ ਹੈ ਨਾ ਜੀ। ਇਸ ਕਰਕੇ ਜ਼ਰੂਰ ਆਪਣੇ ਸਰੀਰ ਵਿੱਚ ਨਾਮ ਦਾ ਬੀਜ ਪਾਇਆ ਕਰੋ। ਨਾਮ ਦਾ ਬੀਜ ਕੀ ਹੈ? ਵਾਹਿਗੁਰੂ, 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 ਵਾਹਿਗੁਰੂ। ਇਹ ਹੈ ਨਾਮ ਦਾ ਬੀਜ ਪਾਉਣਾ ਜੀ ਸਰੀਰ ਵਿੱਚ, ਮਨ ਨੂੰ ਹਾਲੀ ਬਣਾਉਣਾ, ਮਨ ਨੂੰ ਨਾਲ ਇਸ ਕਿਰਿਆ ਦੇ ਵਿੱਚ ਸ਼ਾਮਿਲ ਰੱਖਣਾ। ਸੋ ਆਪ ਜੀ ਸ਼ਬਦ ਸਰਵਣ ਕਰ ਰਹੇ ਸੀ, ਗਰੀਬ ਨਿਵਾਜ ਜੀ ਨੇ ਕਿਰਪਾ ਕੀਤੀ ਹੈ। ਲੜੀਵਾਰ ਕਥਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਸੁਣ ਰਹੇ ਹੋ। ਹਰ ਰੋਜ਼ ਤੁਸੀਂ ਗੁਰੂ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਪਿਆਰ ਦੇ ਨਾਲ ਸਰਵਣ ਕਰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਬਠਿੰਡੇ ਦੇ ਇਲਾਕੇ ਵਿੱਚ ਵਿਚਰ ਰਹੇ ਹੈ। ਇਹ ਕਥਾ ਜਿਹੜੀ ਹੈ ਸਤਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ। ਬਠਿੰਡੇ ਭਾਵ ਮਾਲਵੇ ਦੇ ਇਲਾਕੇ ਵਿੱਚ ਮਹਾਰਾਜ ਵਿਚਰ ਰਹੇ ਹੈ। ਉੱਧਰ ਵਿਚਰਦਿਆਂ ਵਿਚਰਦਿਆਂ ਜੋ ਹੋ ਰਿਹਾ ਉਹ ਤੁਸੀਂ ਸਰਵਣ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਮਹਾਰਾਜ ਸਤਸੰਗਤ ਜੀ ਵੱਖ ਵੱਖ ਪਿੰਡਾਂ ਵਿੱਚ ਵਿਚਰ ਰਹੇ ਹੈ। ਇੱਕ ਪਿੰਡ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ, ਜਿਸ ਪਿੰਡ ਦਾ ਨਾਮ ਸੀ ਫੱਤਾ ਸੰਮੂ। ਫਤਿਹ ਸੰਮੂ ਵੀ ਕਹਿੰਦੇ ਸਨ, ਮਾਲਵੇ ਦੇ ਵਿੱਚ ਪਿੰਡ ਹੈ ਜੀ ਫਤਿਹ ਸੰਮੂ। ਮਹਾਰਾਜ ਜਦੋਂ ਉਸ ਪਿੰਡ ਵਿੱਚ ਪਹੁੰਚੇ, ਉਸ ਪਿੰਡ ਦੇ ਬੰਦੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ, ਅਤੇ ਉਹਨਾਂ ਵਿੱਚੋਂ ਜਿਹੜੇ ਮੁਖੀ ਸਨ ਨਾ ਜੀ ਕਿਸਾਨ, ਉਹਨਾਂ ਦੀ ਗੋਤ ਸੀ ਹਰੀਕੇ। ਆਮ ਹੀ ਪਿੰਡਾਂ ਵਿੱਚ ਗੋਤਾਂ ਬਣੀਆਂ ਹੁੰਦੀਆਂ ਸਨ, ਹੁਣ ਵੀ ਕਈ ਇਹਦੇ ਅਨੁਸਾਰ ਹੀ ਚੱਲਦੇ ਆ। ਗੋਤ ਸੀ ਉਹਨਾਂ ਦੀ ਹਰੀਕੇ। ਜਦੋਂ ਮਹਾਰਾਜ ਦੇ ਦਰਸ਼ਨ ਕਰਨ ਆਏ, ਉਹਨਾਂ ਦੇ ਮੁੱਖੋਂ ਇੱਕ ਸ਼ਬਦ ਨਿਕਲ ਗਿਆ ਵੀ ਮਹਾਰਾਜ ਇਹ ਸਾਰਾ ਇਲਾਕਾ ਆਪਣਾ ਹੀ ਹੈ ਅਤੇ ਇੱਥੋਂ ਦਾ ਰਾਜ ਭਾਗ ਸਾਰਾ ਸਾਡਾ ਹੈ। ਮਹਾਰਾਜ ਕਹਿੰਦੇ ਇੱਕ ਰਾਤ ਅਸੀਂ ਇੱਥੇ ਰਹਿਣਾ ਅਤੇ ਤੁਸੀਂ ਸਾਡੇ ਤੰਬੂ ਦੇ ਆਲੇ ਦੁਆਲੇ ਪਹਿਰਾ ਦੇਣਾ। ਉਹ ਕਹਿੰਦੇ ਮਹਾਰਾਜ ਇੱਥੇ ਖਤਰੇ ਦੀ ਲੋੜ ਹੀ ਨਹੀਂ ਹੈਗੀ ਅਤੇ ਪਹਿਰਾ ਕਾਹਦਾ ਦੇਣਾ। ਮਹਾਰਾਜ ਕਹਿੰਦੇ ਲੋੜ ਹੋਵੇ ਜਾਂ ਨਾ ਹੋਵੇ ਤੁਸੀਂ ਪਹਿਰਾ ਦੇਣਾ ਹੈ। ਕਹਿੰਦੇ ਮਹਾਰਾਜ ਅਸੀਂ ਤੁਹਾਡੇ ਸੇਵਕ ਹਾਂ, ਪਰ ਇੱਥੇ ਪਹਿਰਾ ਦੇਣ ਦੀ ਲੋੜ ਨਹੀਂ ਹੈਗੀ। ਦੋ ਵਾਰੀ ਮਹਾਰਾਜ ਜੀ ਦਾ ਬਚਨ ਕੱਟ ਦਿੱਤਾ ਜੀ,
ਕੱਲ ਵੀ ਬੇਨਤੀ ਕੀਤੀ ਸੀ, ਸਮਰੱਥ ਪੁਰਸ਼ਾਂ ਦੇ ਨਾਲ ਰਹਿਣਾ। ਬਖਸ਼ਿਸ਼ਾਂ ਤਾਂ ਬੜੀਆਂ ਨੇ ਇਹਨਾਂ ਦੇ ਕੋਲ, ਸਮਰੱਥ ਪੁਰਸ਼ਾਂ ਦੇ ਕੋਲ, ਪਰ ਸਾਧ ਸੰਗਤ ਜੀ ਇੱਕ ਗੱਲ ਦਾ ਬੜਾ ਧਿਆਨ ਰੱਖਣਾ ਪੈਂਦਾ ਹੈ ਕਿ ਬੜੇ ਧਿਆਨ ਨਾਲ ਵਿਚਰਨਾ ਪੈਂਦਾ ਹੈ ਜੀ। ਉਹਨਾਂ ਦੇ ਕਿਸੇ ਬਚਨ ਨੂੰ ਬੰਦਾ ਕੱਟ ਕੇ ਫਿਰ ਜਿੱਥੇ ਬਖਸ਼ਿਸ਼ ਲੈਣੀ ਹੈ ਉੱਥੇ ਦੋਸ਼ ਲੈ ਬਹਿੰਦਾ ਹੈ ਜੀ। ਮਹਾਰਾਜ ਕਹਿੰਦੇ ਤੁਸੀਂ ਦਿਓ ਪੈਰਾ, ਕਹਿੰਦੇ ਠੀਕ ਹੈ, ਮੰਨ ਗਏ ਜੀ। ਅਤੇ ਜਦੋਂ ਅੱਧੀ ਰਾਤ ਦਾ ਸਮਾਂ ਹੋਇਆ, ਮਹਾਰਾਜ ਨੇ ਆਵਾਜ਼ ਦਿੱਤੀ, ਭਾਈ ਕੋਈ ਹਰੀਕਾ ਪਹਿਰੇ 'ਤੇ ਹੈ? ਉਹਨਾਂ ਦੇ ਨੌਕਰ ਜਿਨ੍ਹਾਂ ਨੂੰ ਡੋਗਰ ਕਹਿੰਦੇ ਸਨ, ਡੋਗਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਉਹ ਤਾਂ ਨਹੀਂ ਹੈਗੇ ਪਰ ਅਸੀਂ ਹੈਗੇ ਹਾਂ, ਉਹਨਾਂ ਨੇ ਸਾਨੂੰ ਡਿਊਟੀ 'ਤੇ ਭੇਜਿਆ ਹੈ। ਮਹਾਰਾਜ ਨੇ ਕੁਝ ਸਮੇਂ ਬਾਅਦ ਫਿਰ ਪੁੱਛਿਆ, ਕੋਈ ਪਹਿਰੇ 'ਤੇ ਹੈ? ਡੋਗਰ ਫਿਰ ਕਹਿੰਦੇ, ਮਹਾਰਾਜ ਅਸੀਂ ਹਾਂ। ਤੀਜੀ ਵਾਰੀ ਮਹਾਰਾਜ ਨੇ ਫਿਰ ਅੰਮ੍ਰਿਤ ਵੇਲੇ ਪੁੱਛਿਆ, ਮਹਾਰਾਜ ਕਹਿੰਦੇ ਕਿਹੜਾ ਪਹਿਰੇ 'ਤੇ ਹਰੀਕਾ ਕੋਈ ਆਇਆ ਕਿ ਨਹੀਂ ਆਇਆ? ਡੋਗਰ ਕਹਿੰਦੇ ਮਹਾਰਾਜ ਅਸੀਂ ਹਾਂ। ਮਹਾਰਾਜ ਕਹਿੰਦੇ ਅਸੀਂ ਵਾਰ ਵਾਰ ਉੱਠ ਕੇ ਅਤੇ ਇਸ ਪਿੰਡ 'ਤੇ ਇਹਨਾਂ ਹਰੀਕਿਆਂ 'ਤੇ ਬਖਸ਼ਿਸ਼ ਕਰਨੀ ਚਾਹੁੰਦੇ ਸਾਂ, ਕੁਝ ਦੇਣਾ ਚਾਹੁੰਦੇ ਸਾਂ, ਤਾਂ ਉਹਨਾਂ ਨੂੰ ਖਿਲਾ ਰਿਹਾ ਸੀ, ਉਹ ਤਾਂ ਨਹੀਂ ਆਏ। ਹੁਣ ਉਹਨਾਂ ਦੀ ਥਾਂ 'ਤੇ ਜਿਹੜੀ ਬਖਸ਼ਿਸ਼ ਹੈ ਉਹ ਮਹਾਰਾਜ ਕਹਿੰਦੇ ਤੁਹਾਨੂੰ ਦਿੱਤੀ ਸਾਰੀ। ਉਹ ਡੋਗਰਾਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਉਹ ਸਾਰਾ ਕੁਝ ਹੀ ਮਹਾਰਾਜ ਦੇ ਕੋਲੋਂ ਲੈ ਗਏ ਜੀ। ਜਿਹੜੇ ਡੋਗਰ ਸਨ ਨਾ ਜੀ, ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਹਾਜ਼ਰ ਰਹਿ ਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਲੈ ਗਏ, ਸਾਰਾ ਕੁਝ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਲੈ ਕੇ, ਭਾਵ ਰਾਜ ਭਾਗ ਸੁੱਖ ਵਡਿਆਈਆਂ ਡੋਗਰ ਹਾਜ਼ਰ ਰਹਿ ਕੇ ਪ੍ਰਾਪਤ ਕਰ ਗਏ ਜੀ। ਹੁਣ ਇੱਥੋਂ ਇੱਕ ਭਾਵ ਲੈਣਾ ਸਾਧ ਸੰਗਤ ਜੀ, ਉਹ ਇਹ ਭਾਵ ਹੈ ਵੀ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਜਿਹੜਾ ਹਾਜ਼ਰ ਰਹੇਗਾ ਅਤੇ ਸਾਵਧਾਨ ਰਹੇਗਾ ਨਾ ਜੀ, ਉਹਨੂੰ ਬੜੀਆਂ ਬਖਸ਼ਿਸ਼ਾਂ ਮਿਲਣਗੀਆਂ ਜੀ। ਪਰ ਹਾਜ਼ਰ ਰਹਿਣਾ ਅਤੇ ਸਾਵਧਾਨ ਰਹਿਣਾ ਇਹ ਬੰਦੇ ਦੇ ਵੱਸ ਦੀ ਗੱਲ ਨਹੀਂ, ਬੰਦੇ ਦੇ ਕਰਮਾਂ ਦੀ ਵੀ ਖੇਡ ਹੈਗੀ ਹੈ ਜੀ। ਉਂਝ ਜੇ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਰਹਿਣਾ ਹੈ ਨਾ ਜੀ, ਅਤੇ ਬੜੇ ਹਾਜ਼ਰ ਰਹਿਣਾ ਚਾਹੀਦਾ ਅਤੇ ਬੜੇ ਸਾਵਧਾਨ ਰਹਿਣਾ ਚਾਹੀਦਾ। ਕੋਈ ਪਤਾ ਨਹੀਂ ਕਿਸੇ ਵੇਲੇ ਕਿਹਨੂੰ ਵੈਦ ਪੈ ਜਾਣੀ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਦੇ 'ਤੇ ਬਖਸ਼ਿਸ਼ਾਂ ਕਰ ਦੇਣੀਆਂ। ਡੋਗਰ ਨੌਕਰ ਸਨ ਅਤੇ ਮਹਾਰਾਜ ਨੌਕਰਾਂ 'ਤੇ ਖੁਸ਼ ਹੋ ਕੇ ਮਹਾਰਾਜ ਨੇ ਉਹਨਾਂ ਨੂੰ ਮਾਲਕੀ ਦੇ ਦਿੱਤੀ ਜੀ, ਅਤੇ ਜਿਹੜੇ ਮਾਲਕ ਸਨ ਉਹ ਆਲਸੀ ਰਹਿ ਗਏ ਅਤੇ ਆਲਸੀ ਹੋਣ ਕਰਕੇ ਨੌਕਰ ਮਾਲਕੀ ਤੋਂ ਨੌਕਰੀ 'ਤੇ ਆ ਗਏ ਜੀ। ਉਹ ਜੀ ਕੱਲ੍ਹ ਵੀ ਬੇਨਤੀ ਕੀਤੀ ਸੀ, ਪਿਆਰਿਓ ਉਸ ਰੱਬ ਦੀ ਖੇਡ ਦਾ ਨੀਚੇ ਪਤਾ, ਕੀੜਾ ਥਾਪ ਦੇ ਪਾਤਸ਼ਾਹੀ, ਉਹ ਕੀੜਿਆਂ ਨੂੰ ਥਾਪ ਕੇ ਪਾਤਸ਼ਾਹੀ ਦੇ ਦਿੰਦਾ ਹੈ ਜੀ। ਉਹ ਮਾਲਕ ਬਹੁਤ ਵੱਡਾ ਹੈ, ਉਸ ਮਾਲਕ ਦੀਆਂ ਖੇਡਾਂ ਬੜੀਆਂ ਵੱਡੀਆਂ ਨੇ, ਉਸ ਮਾਲਕ ਦੀਆਂ ਬਖਸ਼ਿਸ਼ਾਂ ਬੜੀਆਂ ਵੱਡੀਆਂ ਨੇ। ਜਿਹੜੇ ਉਹਦੇ ਚਰਨਾਂ ਵਿੱਚ ਹਾਜ਼ਰ ਹੋ ਜਾਂਦੇ ਹੈ, ਸੇਵਕ ਬਣ ਜਾਂਦੇ ਹੈ, ਉਹਦੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰ ਲੈਂਦੇ ਹੈ। ਉਹ ਇੱਕ ਆਮ ਹੀ ਕਹਾਵਤ ਬੋਲਦੇ ਆ, ਭਰੇ ਖਜ਼ਾਨੇ ਸਾਹਿਬ ਦੇ ਨੀਵਾਂ ਹੋ ਕੇ ਲੁੱਟ। ਉਹਦੇ ਖਜ਼ਾਨੇ ਜਿਹੜੇ ਹੈ ਸਾਧ ਸੰਗਤ ਜੀ ਉਹ ਭਰੇ ਹੋਏ ਹੈ, ਅਤੇ ਪ੍ਰਾਪਤ ਉਹਨਾਂ ਨੂੰ ਹੋਣੇ ਹੈ ਜਿਹੜੇ ਨੀਵੇਂ ਹੋ ਜਾਂਦੇ ਹੈ। ਜਿੰਨੇ ਨੀਵੇਂ ਹੋਈ ਜਾਓਗੇ ਉਨੇ ਖਜ਼ਾਨੇ ਰੱਬ ਦੇ ਪ੍ਰਾਪਤ ਹੋਈ ਜਾਣੇ ਹੈ। ਭਾਈ ਵੀਰ ਸਿੰਘ ਜੀ ਇੱਕ ਰੁਬਾਈ ਲਿਖਦੇ ਆ, ਉਹ ਕਹਿ ਕੇ ਲੜੀਵਾਰ ਕਥਾ ਕਰਨ ਦਾ ਯਤਨ ਕਰਾਂ। ਮਹਾਰਾਜ ਕਰਾਉਣ, ਕਹਿੰਦੇ ਤੇਰੀ ਦੋਸਤੀ ਹੈ, ਸਾਰੀ ਦਿਹਾੜੀ ਮੈਂ ਤੇਰੇ ਲਾਗੇ ਰਹਿੰਦੀ ਹੈ, ਪਰ ਵੇਖ ਆਮ ਭਾਂਡੇ ਆਉਂਦੇ ਆ, ਤੂੰ ਪਾਣੀ ਉਹਨਾਂ ਨੂੰ ਦੇ ਦਿੰਦਾ, ਮੈਂ ਤਾਂ ਅਜੇ ਤੱਕ ਖਾਲੀ ਹਾਂ, ਮੈਨੂੰ ਤਾਂ ਨਹੀਂ ਤੂੰ ਪਾਣੀ ਦਿੱਤਾ। ਘੜਾ ਕਹਿੰਦਾ, ਚੱਪਣੀਏ ਮੇਰੀ ਗੱਲ ਧਿਆਨ ਨਾ ਸੁਣਾ, ਮੈਂ ਤੇਰੇ ਨਾਲ ਕਦੇ ਵਿਤਕਰਾ ਨਹੀਂ ਕੀਤਾ। ਤੂੰ ਆਖੇ ਮੈਂ ਤੇਰੇ ਨਾਲ ਵਿਤਕਰਾ ਕੀਤਾ, ਮੈਂ ਤੇਰੇ ਨਾਲ ਕਦੀ ਵਿਤਕਰਾ ਨਹੀਂ ਕੀਤਾ। ਭਾਂਡੇ ਮੇਰੇ ਕੋਲ ਆਉਂਦੇ ਹੈ, ਮੈਂ ਉਹਨਾਂ ਨੂੰ ਪਾਣੀ ਨਾ ਭਰ ਦਿੰਦਾ, ਪਰ ਉਹ ਭਾਂਡੇ ਭਰੇ ਜਾਂਦੇ ਹੈ ਜਿਹੜੇ ਨੀਵੇਂ ਹੁੰਦੇ ਆ ਆ ਕੇ। ਤੂੰ ਤਾਂ ਸਿਰ 'ਤੇ ਬੈਠੀ ਹੈ ਅੱਠੇ ਪੈਰ, ਜੇ ਤੂੰ ਵੀ ਨੀਵੀਂ ਹੋਵੇਂ ਅਤੇ ਮੈਂ ਤੈਨੂੰ ਵੀ ਪਾਣੀ ਦੇ ਨਾਲ ਭਰ ਦਿਆਂ। ਚੱਪਣੀ ਨੀਵੀਂ ਹੋਵੇ ਨਾ ਅਤੇ ਚੱਪਣੀ ਭਰੇ ਨਾ ਜਾਵੇ, ਚੱਪਣੀ ਖਾਲੀ ਦੀ ਖਾਲੀ ਪਿਆਰਿਓ। ਇਹ ਸਤਿਗੁਰੂ ਦਾ ਦਰ ਹੈ,
ਜਿਹੜਾ ਚੱਪਣੀ ਬਣ ਕੇ ਸਿਰ 'ਤੇ ਬੈਠਾ ਰਹੇਗਾ ਪਿਆਰਿਓ, ਉਹ ਖਾਲੀ ਦਾ ਖਾਲੀ, ਜਿਹੜਾ ਭਾਂਡੇ ਦੀ ਤਰ੍ਹਾਂ ਖਾਲੀ ਆਏਗਾ ਅਤੇ ਅੱਗੇ ਢਹਿ ਪਏਗਾ, ਮਹਾਰਾਜ ਘੜੇ ਦੀ ਤਰ੍ਹਾਂ ਉਹਨੂੰ ਬਖਸ਼ਿਸ਼ਾਂ ਦੇ ਨਾਲ ਭਰ ਦਿੰਦੇ ਹਨ। ਅਸੀਂ ਸੋਚਣਾ ਆਪਾਂ ਹੈ ਇਸ ਮਾਲਕ ਦੇ ਦਰ 'ਤੇ ਕਿੰਨਾ ਕੁ ਨੀਵਾਂ ਉਹਨੇ ਹੈ। ਪਿਆਰਿਓ, ਮਾਲਕ ਜਿਹੜੇ ਸਾਨੂੰ ਨੌਕਰ 'ਤੇ ਆ ਗਏ ਅਤੇ ਨੌਕਰ ਸਾਹਿਬ ਦੇ ਚਰਨਾਂ ਵਿੱਚ ਸੇਵਾ ਕਰਨ ਲੱਗ ਪਏ ਅਤੇ ਨੌਕਰਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਰਾਤ ਦੀ ਸੇਵਾ ਦੇ ਬਦਲੇ ਮਾਲਕੀ ਦੇ ਦਿੱਤੀ ਜੀ। ਇੱਕ ਰਾਤ ਦੀ ਸੇਵਾ ਦੇ ਬਦਲੇ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਮਾਲਕੀ ਦੇ ਦਿੱਤੀ, ਭਰੇ ਖਜ਼ਾਨੇ ਸਾਹਿਬ ਦੇ, ਨੀਵਾਂ ਹੋ ਕੇ ਲੁੱਟ ਨੀਵੇਂ ਹੋ ਗਏ, ਉਹਨਾਂ ਨੇ ਬਹੁਤ ਕੁਝ ਖੱਟ ਲਿਆ ਜੀ। ਸੋ ਹੁਣ ਇਹਦੇ ਤੋਂ ਅੱਗੇ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਚੱਲਦੇ ਜਾ ਰਹੇ ਹੈ। ਇੱਕ ਕੋ ਅੱਗੇ ਗਏ, ਜੰਗਲ ਦੇ ਵਿੱਚ ਮਹਾਰਾਜ ਇੱਕ ਬੇਰੀ ਦੇ ਹੇਠਾਂ ਬੈਠੇ, ਉਸ ਤੋਂ ਬਾਅਦ ਵਜੀਦਪੁਰ ਵਿੱਚ ਪਹੁੰਚੇ। ਵਜੀਦਪੁਰ ਦੇ ਵਿੱਚ ਜਦੋਂ ਮਹਾਰਾਜ ਪਹੁੰਚੇ, ਉੱਥੇ ਪਠਾਣਾਂ ਦਾ ਬੜਾ ਵਾਸਾ ਸੀ। ਮਹਾਰਾਜ ਕਹਿਣ ਲੱਗੇ ਕੋਈ ਵੇਲਾ ਹੋਏਗਾ, ਇੱਥੇ ਸਿੰਘਾਂ ਦੀਆਂ ਨੌਬਤਾਂ ਵਜਿਆ ਕਰਨਗੀਆਂ। ਇਹਦੇ ਤੋਂ ਅੱਗੇ ਜੋ ਬਚਨ ਹੈ ਉਹ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਮ ਬਤਰਾਵਤ ਤਿਸ ਥਲ ਖਰੇ। ਮਹਾਰਾਜ ਸੱਚੇ ਪਾਤਸ਼ਾਹ ਇਸ ਤਰੀਕੇ ਨਾਲ ਰਸਤੇ ਵਿੱਚ ਵਿਚਰਦਿਆਂ ਵਜੀਦਪੁਰ ਦੇ ਬਾਰੇ ਮਹਾਰਾਜ ਨੇ ਆਉਣ ਵਾਲੇ ਸਮੇਂ ਦਾ ਬਚਨ ਕੀਤਾ। ਤੀਤਰ ਏਕ ਆਵਾਜ਼ ਤਬ ਕਰੇ। ਮਹਾਰਾਜ ਅਜੇ ਬਚਨ ਹੀ ਕਰਕੇ ਹਟੇ ਤੇ ਇੱਕ ਤਿੱਤਰ ਬੋਲ ਪਿਆ ਜੀ। ਤਿੱਤਰ ਤੁਸੀਂ ਬਜ਼ੁਰਗਾਂ ਨੇ ਵੇਖਿਆ ਹੋਏਗਾ ਜੀ, ਤਿੱਤਰ ਕੀ ਹੁੰਦਾ ਹੈ, ਕਿਹੋ ਜਿਹਾ ਹੁੰਦਾ ਹੈ। ਇੱਕ ਤਿੱਤਰ ਬੋਲ ਪਿਆ ਜੀ। ਬੱਚਿਆਂ ਨੂੰ ਤਾਂ ਉਸ ਪੰਛੀ ਦਾ ਨਹੀਂ ਪਤਾ ਹੋਣਾ, ਇਹਨਾਂ ਤਾਂ ਚਿੜੀਆਂ ਕਾਵਾਂ ਵੀ ਨਹੀਂ ਚੰਗੀ ਤਰ੍ਹਾਂ ਵੇਖੇ ਹੋਣੇ ਜੀ। ਤਿੱਤਰ ਬੋਲਿਆ ਜੀ ਇੱਕ ਗੁਰੂ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ। ਹਾਂਜੀ। ਸੁਣ ਕਿਰਪਾਲ ਭਾਖਿਓ ਤਿਹ ਸਮੈਂ। ਮਹਾਰਾਜ ਸੱਚੇ ਪਾਤਸ਼ਾਹ ਨੇ ਤਿੱਤਰ ਦੀ ਆਵਾਜ਼ ਸੁਣੀ ਜੀ, ਅਤੇ ਤਿੱਤਰ ਦੀ ਆਵਾਜ਼ ਸੁਣ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਕਿਹਾ ਜੀ। ਹਾਂਜੀ। ਜਾਂ ਬੋਲਿਓ ਤਾਂ ਲੱਧਾ ਹਮੈਂ। ਮਹਾਰਾਜ ਕਹਿੰਦੇ ਜੇ ਬੋਲ ਲਿਆ ਤੇ ਲੱਭ ਲਿਆ, ਜੇ ਇਹ ਤਿੱਤਰ ਬੋਲਿਆ ਹੈ ਨਾ ਤੇ ਸਮਝੋ ਲੱਭ ਲਿਆ ਅਸੀਂ ਜੀ। ਮਹਾਰਾਜ ਨੇ ਇਸ ਤਰ੍ਹਾਂ ਬਚਨ ਕਰਤਾ। ਹਾਂਜੀ। ਹਾਏ ਪਰ ਤਬ ਅਰੋਹਨ ਹੋਏ। ਜਾਂ ਬੋਲਾ ਤਾਂ ਲੱਧਾ ਹਮੈਂ, ਭਾਵ ਜੇ ਬੋਲਿਆ ਨਾ ਤੂੰ ਤਿੱਤਰਾ ਤੇ ਹੁਣ ਤੈਨੂੰ ਲੱਭ ਕੇ ਰੱਖਣਾ ਅਸੀਂ, ਹੁਣ ਤੈਨੂੰ ਲੱਭਾਂਗੇ। ਇਸ ਤਰ੍ਹਾਂ ਮਹਾਰਾਜ ਨੇ ਬਚਨ ਕੀਤਾ ਤੇ ਮਹਾਰਾਜ ਬੜੀ ਕਾਹਲੀ ਦੇ ਨਾਲ ਘੋੜੇ ਤੇ ਬੈਠ ਗਏ। ਹਾਂਜੀ। ਕੀਨ ਪਿਆਨਿਓ ਸ਼ੀਗਰ ਸੋ ਜੋਏ। ਤੇ ਮਹਾਰਾਜ ਬੜੀ ਛੇਤੀ ਛੇਤੀ ਘੋੜਾ ਜਿਹੜਾ ਦਸਵੇਂ ਪਾਤਸ਼ਾਹ ਉਹ ਭਜਾਉਣ ਲੱਗੇ। ਹਾਂਜੀ। ਛੋਡਿਓ ਤਿਸਕੇ ਬਾਜ ਪਿਛਾਰੇ। ਤਿੱਤਰ ਭੱਜ ਉੱਠਿਆ ਜੀ, ਜਿਹੜਾ ਤਿੱਤਰ ਸੀ ਨਾ ਉਹ ਬੋਲ ਤੇ ਪਿਆ ਤੇ ਤਿੱਤਰ ਭੱਜ ਉੱਠਿਆ ਤੇ ਮਹਾਰਾਜ ਬਾਜਾਂ ਵਾਲੇ ਸੱਚੇ ਪਾਤਸ਼ਾਹ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਦੇ ਹੱਥ ਤੇ ਬਾਜ ਜਿਹੜਾ ਹਰ ਵਕਤ ਰਹਿੰਦਾ ਸੀ, ਮਹਾਰਾਜ ਨੇ ਉਸ ਬਾਜ ਨੂੰ ਛੱਡਿਆ ਵੀ ਜਾ ਤਿੱਤਰ ਨੂੰ ਲੱਭ ਕੇ ਲੈ ਕੇ ਆ। ਹਾਂਜੀ। ਕਰੀ ਨਾ ਝਪਟ ਨਾ ਤਿਸ ਕੋ ਮਾਰੇ। ਪਰ ਬਾਜ ਜਿਹੜਾ ਸੀਗਾ ਸਾਧ ਸੰਗਤ ਜੀ ਉਹ ਤਿੱਤਰ ਨੂੰ ਝਪਟਣਾ ਚਾਹੁੰਦਾ ਹੈ, ਮਾਰਨਾ ਚਾਹੁੰਦਾ ਹੈ ਤੇ ਤਿੱਤਰ ਕਾਬੂ ਨਹੀਂ ਆਉਂਦਾ ਜੀ, ਤਿੱਤਰ ਗਾਂਹ ਲੰਘ ਜਾਂਦਾ ਹੈ। ਹੁਣ ਨਾ ਬੱਚਿਆਂ ਬਾਜ ਹੀ ਵੇਖਿਆ ਹੋਣਾ ਨਾ ਤਿੱਤਰ ਵੇਖਿਆ ਹੋਣਾ ਜੀ, ਅਤੇ ਕਥਾ ਦਾ ਇਹਨਾਂ ਨੂੰ ਕੀ ਪਤਾ ਲੱਗੇ। ਇਹ ਨੈੱਟ 'ਤੇ ਸਰਚ ਕਰਕੇ ਵੇਖ ਲਿਓ ਤੁਸੀਂ, ਤਿੱਤਰ ਦਾ ਚਿਹਰਾ ਵੀ ਵੇਖ ਲਿਓ ਅਤੇ ਬਾਜ ਵੀ ਵੇਖ ਲਿਓ ਵੀ ਕਿਹੋ ਜਿਹੇ ਹੁੰਦੇ ਹੈ। ਬਾਜ ਜਿਹੜਾ ਉਹ ਨਾ ਤਿੱਤਰ ਨੂੰ ਝਪਟ ਸਕਿਆ ਨਾ ਮਾਰ ਸਕਿਆ ਜੀ। ਹਾਂਜੀ। ਪੁੰਨ ਕਹਿ ਕਰ ਕੂਕਰ ਛੁਟਵਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਦੇ ਕੋਲ ਕੂਕਰ ਸਨ, ਕੁੱਤੇ ਸਨ, ਮਹਾਰਾਜ ਨੇ ਉਹ ਵੀ ਛੁਡਵਾਏ ਵੀ ਕੁੱਤਿਆਂ ਨੂੰ ਵੀ ਛੱਡੋ, ਇਹ ਜਿਹੜਾ ਤਿੱਤਰ ਹੈ ਨਾ ਇਹ ਫੜਨਾ ਹੈ। ਹਾਂਜੀ। ਪਿੱਖ ਤੀਤਰ ਕੇ ਪਿੱਛੇ ਧਾਏ। ਉਹ ਵੀ ਭੌਂਕਦੇ ਜਾਂਦੇ ਆ। ਹੁਣ ਉੱਥੇ ਜੰਗਲ ਦੇ ਵਿੱਚ ਤੇ ਕੁਰਬਲ ਕੁਰਬਲ ਹੋਣ ਲੱਗ ਪਈ ਇੱਕ ਤਿੱਤਰ ਦੇ ਕਰਕੇ। ਹਾਂਜੀ। ਝਾੜਨ ਵੇਖੈ ਜਾਏ ਘਰ ਬਰਿਓ। ਜਿਹੜਾ ਤਿੱਤਰ ਸੀਗਾ ਉਹ ਝਾੜੀਆਂ ਦੇ ਵਿੱਚ ਜਾ ਕੇ ਲੁੱਕ ਗਿਆ ਤੇ ਬੋਲੇ ਨਾ ਜੀ, ਹੁਣ ਨਾ ਬੋਲੇ ਕੁਛ, ਤਿੱਤਰ ਬਚਾਵੇ ਜਾਨ। ਤੇ ਮਹਾਰਾਜ ਕਹਿੰਦੇ ਤਿੱਤਰ ਛੱਡਣਾ ਨਹੀਂ ਹੈ। ਹਾਂਜੀ। ਬਾਹਰ ਨਿਕਾਰਿਓ ਉਡਭੋ ਕਰਿਓ। ਤੇ ਸਿੰਘਾਂ ਨੇ ਝਾੜੀਆਂ ਦੇ ਵਿੱਚ ਵੇਖਿਆ, ਝਾੜੀਆਂ ਨੂੰ ਝਾੜਿਆ,
ਤਿੱਤਰ ਫਿਰ ਤਾਂ ਨੂੰ ਉੱਡ ਗਿਆ ਜੀ। ਹਾਂਜੀ, ਪਿੱਛੇ ਕੇ ਤਿੱਕ ਸਿੰਘ ਨਾ ਸਾਥ, ਤੇ ਪਿੱਛੇ ਪਿੱਛੇ ਸਿੰਘ ਜਾ ਰਹੇ ਆ ਤਿੱਤਰ ਦੇ, ਕਿਹੜੇ ਬੰਨੇ ਉੱਡਦਾ ਵੇਖਦੇ ਆ। ਉਧਰੋਂ ਮਹਾਰਾਜ ਦਾ ਬਾਜ ਵੀ ਤਿੱਤਰ ਦਾ ਪਿੱਛਾ ਕਰਦਾ। ਹਾਂਜੀ, ਚੱਲੇ ਜਾਏ ਤੂਰਨ ਗੁਰਨਾਥ, ਮਹਾਰਾਜ ਸੱਚੇ ਪਾਤਸ਼ਾਹ ਵੀ ਤਿੱਤਰ ਦੇ ਪਿੱਛੇ ਪਿੱਛੇ, ਹੁਣ ਸਿੰਘ ਵੀ ਤਿੱਤਰ ਦੇ ਪਿੱਛੇ ਪਿੱਛੇ, ਗੁਰੂ ਸਾਹਿਬ ਵੀ ਤਿੱਤਰ ਦੇ ਪਿੱਛੇ ਪਿੱਛੇ, ਬਾਜ ਵੀ ਪਿੱਛੇ ਪਿੱਛੇ, ਉਹ ਜਿਹੜੇ ਕੁੱਤੇ ਰੱਖੇ ਨੇ ਮਹਾਰਾਜ ਨੇ ਉਹ ਵੀ ਸਾਰੇ ਤਿੱਤਰ ਦੇ ਪਿੱਛੇ ਪਿੱਛੇ ਨੇ। ਹਾਂ, ਕਰਤ ਬੇਗ ਤੇ ਜਾਏ ਉਡਾਰੀ, ਤਿੱਤਰ ਬੜੀ ਛੇਤੀ ਉਡਾਰੀ ਮਾਰਦਾ, ਕਦੀ ਉੱਧਰ ਚੱਲ ਜਾਂਦਾ ਕਦੀ ਉੱਧਰ ਚੱਲ ਜਾਂਦਾ, ਸਿੰਘ ਵੀ ਪਿੱਛੇ ਮਹਾਰਾਜ ਵੀ ਪਿੱਛੇ। ਹਾਂਜੀ, ਥਕਤ ਛਪ ਹੈ ਪਿਖ ਝਾਰਨ ਝਾਰੀ, ਜਦੋਂ ਤਿੱਤਰ ਉਡਾਰੀਆਂ ਮਾਰਦਾ ਮਾਰਦਾ ਛੁੱਪ ਜਾਂਦਾ ਹੈ ਤੇ ਸਾਧ ਸੰਗਤ ਜੀ ਤਿੱਤਰ ਫਿਰ ਲੁਕ ਜਾਂਦਾ ਹੈ ਝਾੜੀਆਂ ਵਿੱਚ। ਹਾਂਜੀ, ਬਾਹਰ ਵੀ ਲੋਕਾਂ ਖੋਜਨ ਕਰੈ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਸਿੰਘ ਫਿਰ ਝਾੜੀਆਂ ਚ ਲੱਭਦੇ ਆ, ਉਹ ਫਿਰ ਲੁਕਦਾ ਫਿਰ ਉਹ ਲੱਭਦੇ ਆ। ਹਾਂਜੀ, ਨਿਕਸਤ ਹੀ ਉੱਡ ਕਰ ਚੱਲ ਪਰੈ, ਤੇ ਹੁੰਦਾ ਕੀ ਹੈ ਸਾਧ ਸੰਗਤ ਜੀ ਉਹ ਤਿੱਤਰ ਨਿਕਲਦਾ ਉੱਡ ਕੇ ਚਲੇ ਜਾਂਦਾ, ਨਿਕਲਦਾ ਉੱਡ ਕੇ ਚਲੇ ਜਾਂਦਾ। ਹਾਂਜੀ, ਦਬ ਕਹਿ ਬਾਹਰ ਥਾਏ ਕੋ ਪਾਏ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਤੇ ਵਿਚਾਰਾ ਇਹ ਕੰਮ ਕਰਦਾ ਕਰਦਾ ਥੱਕ ਗਿਆ ਜੀ ਤਿੱਤਰ ਜੀ, ਬਾਪੂ ਜੀ ਬਹਿ ਜਾਓ ਬਹਿ ਜਾਓ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਤੁਸੀਂ ਬੈਠੇ ਰਿਹਾ ਕਰੋ ਪ੍ਰੇਮ ਨਾਲ, ਸਾਰੀ ਮੇਰੀ ਸੁਰਤ ਲਾ ਦਿੱਤੀ ਤੁਸੀਂ, ਹੁਣ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਧਰੋਂ ਤਿੱਤਰ ਨਹੀਂ ਟਿਕਣ ਦਿਆ ਜੀ, ਉਧਰੋਂ ਸਾਡੇ ਬਾਪੂ ਜੀ ਨਹੀਂ ਟਿਕਣ ਦਿਆ ਜੀ, ਹੈ ਇਹ ਪ੍ਰੇਮ ਨਾਲ ਬੈਠੇ ਰਿਹਾ ਕਰੋ, ਉਹ ਸਿੰਘ ਕਰ ਰਿਹਾ ਚੌਰ ਸਾਹਿਬ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਫਿਰ ਆਖੋ ਜੀ ਵਾਹਿਗੁਰੂ। ਉਹ ਕੀ ਗੱਲ ਬਣੀ ਜੀ, ਉਹ ਤਿੱਤਰ ਉੱਡੇ ਇੱਧਰ ਜਾਵੇ ਇੱਧਰ ਜਾਵੇ ਝਾੜੀਆਂ 'ਚ ਲੁੱਕ ਜਾਵੇ, ਉਹ ਫਿਰ ਉੱਡੇ ਫਿਰ ਝਾੜੀਆਂ 'ਚ ਲੁੱਕ ਜਾਵੇ, ਫਿਰ ਉੱਡੇ ਫਿਰ ਝਾੜੀਆਂ 'ਚ ਲੁੱਕ ਜਾਵੇ, ਕਰਦਾ ਕਰਦਾ ਤਿੱਤਰ ਥੱਕ ਗਿਆ ਜੀ। ਹਾਂਜੀ, ਝਾਰੀ ਝਾਰਨ ਝਾਰ ਜਾਏ, ਭਾਈ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ ਜਿਹੜੀਆਂ ਝਾੜੀਆਂ 'ਚ ਵੜਦਾ ਸਿੰਘ ਉਹ ਝਾੜੀਆਂ ਜਾ ਕੇ ਝਾੜਨ ਲੱਗ ਪੈਂਦੇ ਆ, ਤਿੱਤਰ ਫਿਰ ਉਡਾਰੀ ਮਾਰਦਾ। ਹਾਂਜੀ, ਕਈ ਕੋਸ ਇਸ ਬਿਧ ਚੱਲ ਗਏ, ਕਈ ਕਿਲੋਮੀਟਰ ਕਹਿ ਲਈਏ, ਉਹ ਤਿੱਤਰ ਦੇ ਪਿੱਛਾ ਕਰਦੇ ਹੀ ਲੰਘ ਗਏ ਜੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਤੇ ਸ਼ੇਰ ਨੂੰ ਆਵਾਜ਼ ਮਾਰਨ, ਸ਼ੇਰ ਦਾ ਇੱਕ ਖਿੰਨ 'ਚ ਸ਼ਿਕਾਰ ਕਰ ਦਿੰਦੇ ਆ, ਤਾਂ ਤਿੱਤਰ ਕਿਹੜੀ ਵੱਡੀ ਚੀਜ਼ ਹੈ, ਪਰ ਕਈ ਕੋ ਹੋ ਗਏ ਆ ਤਿੱਤਰ ਦੇ ਪਿੱਛੇ ਪਿੱਛੇ, ਤਿੱਤਰ ਟਿਕਣ ਦਾ ਨਾਂ ਨਾ ਲਏ, ਉੱਡਦਾ ਜਾਵੇ ਉੱਡਦਾ ਜਾਵੇ, ਮਹਾਰਾਜ ਸੱਚੇ ਪਾਤਸ਼ਾਹ ਪਿੱਛੇ ਪਿੱਛੇ ਹੈ, ਜਿੱਧਰ ਜਾਂਦੇ ਹੈ ਕੁਰਬਲਾਹਟ ਹੋਈ ਜਾਂਦੀ ਹੈ। ਹਾਂਜੀ, ਥਕਤ ਤੁਰੰਗਮ ਪੀ ਧੱਬ ਪਏ, ਇੱਥੋਂ ਤੱਕ ਉਸ ਤਿੱਤਰ ਨੇ ਘੋੜੇ ਵੀ ਥਕਾ ਦਿੱਤੇ ਜੀ, ਗੱਜ ਕੇ ਆਖੋ ਵਾਹਿਗੁਰੂ, ਘੋੜੇ ਵੀ ਥੱਕ ਗਏ, ਸਿੰਘਾਂ ਦੇ ਘੋੜੇ ਥੱਕ ਗਏ, ਤਿੱਤਰ ਹੱਥ ਹੀ ਨਾ ਆਵੇ ਸਾਧ ਸੰਗਤ ਜੀ। ਹਾਂਜੀ, ਪਕੜਿਓ ਜਾਏ ਯਤਨ ਬਹੁ ਕਰਕੇ, ਤੇ ਬੜਾ ਯਤਨ ਕੀਤਾ ਬਤਾ ਬੜਾ ਯਤਨ ਕੀਤਾ ਤੇ ਕਰ ਕਰਾ ਕੇ ਕਿੱਥੇ ਕੁ ਭੱਜ ਜਾਣਾ ਸੀ ਤਿੱਤਰ ਨੇ, ਸਾਧ ਸੰਗਤ ਜੀ ਉਹ ਤਿੱਤਰ ਫੜਿਆ ਗਿਆ ਜੀ। ਹਾਂਜੀ, ਕਹਿ ਕਰ ਪਰ ਉਖਰਾਏ ਸੁਧਰ ਕੈ, ਉਹਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਪਰ ਕੱਟ ਦਿਓ ਪਹਿਲਾਂ ਤਾਂ, ਕਿਉਂਕਿ ਉੱਡ ਜਾਂਦਾ ਸੀ, ਮਹਾਰਾਜ ਕਹਿੰਦੇ ਇਹਦੇ ਖੰਭ ਵੱਢੋ ਭਾਈ। ਹਾਂਜੀ, ਪੁੰਨ ਸ਼ੁਰਵਾਵੋ ਤੀਤਰ ਆਗਾ, ਤੇ ਫਿਰ ਤਿੱਤਰ ਨੂੰ ਛੱਡਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਬਾਜ ਵੀ ਛੱਡ ਦਿੱਤਾ। ਹਾਂਜੀ, ਬਾਜ ਜੀਅਤ ਕੋ ਭਖਣ ਲੱਗਾ, ਹੁਣ ਖੇਡ ਤੇ ਪਿਛਲੇ ਜਨਮਾਂ ਦੀ ਸੀ, ਬਾਜ ਦੀ ਵੀ ਤੇ ਤਿੱਤਰ ਦੀ ਵੀ, ਪਰ ਜਿਨ੍ਹਾਂ ਨੂੰ ਸਮਝ ਨਹੀਂ ਆ ਉਹ ਤਰਕ ਕਰਨ, ਖੇਡ ਕੀ ਬਣੀ ਹੈ, ਮਹਾਰਾਜ ਵੀ ਵੇਖਣ ਦੇ ਸਿੰਘ ਵੀ ਵੇਖਣ ਦੇ ਆ, ਬਾਜ ਤਿੱਤਰ ਨੂੰ ਵੱਢ ਵੱਢ ਖਾ ਰਿਹਾ, ਜਿਹੜਾ ਬਾਜ ਹੈ ਉਹ ਤਿੱਤਰ ਨੂੰ ਖਾਂਦਾ ਚੁੰਝਾ ਮਾਰਦਾ। ਹਾਂਜੀ, ਤੋੜ ਤੋੜ ਆਮਿਖ ਤਿਸਕੇਰਾ, ਤੋੜ ਤੋੜ ਕੇ ਮਾਸ ਖਾਂਦਾ ਹੈ ਉਹਦਾ। ਹਾਂਜੀ, ਖਾਏ ਜਾਤ ਦੇ ਕਸ਼ਟ ਬਡੇਰਾ, ਤਿੱਤਰ ਨੂੰ ਕਸ਼ਟ ਬਹੁਤ ਹੋਵੇ। ਹਾਂਜੀ, ਆਪਣ ਹਜ਼ੂਰ ਖੁਲਾਵੇ ਖਰੇ, ਮਹਾਰਾਜ ਸੱਚੇ ਪਾਤਸ਼ਾਹ ਸਾਹਮਣੇ ਖਲੋਤੇ ਹੈ, ਗੁਰੂ ਸਾਹਿਬ ਦੇ ਸਾਹਮਣੇ ਮਹਾਰਾਜ ਸੱਚੇ ਪਾਤਸ਼ਾਹ ਦਾ ਹੀ ਬਾਜ ਉਹ ਤਿੱਤਰ ਨੂੰ ਇਸ ਤਰ੍ਹਾਂ ਖਾ ਰਿਹਾ।
ਪਲ ਬੋਟੀ ਕਾਟਕ ਪੱਖ ਕਰੇ, ਮਾਸ ਦੀਆਂ ਬੋਟੀਆਂ ਭਰ ਭਰ ਕੇ ਖਾਈ ਜਾਂਦਾ ਹੈ ਬਾਜ, ਮਹਾਰਾਜ ਚੁੱਪ ਕਰਕੇ ਵੇਖੀ ਜਾਂਦੇ ਆ। ਹਾਂਜੀ, ਦਾਨ ਸਿੰਘ ਬੋਲਿਓ ਪਿਖ ਠਾਂਡੇ, ਹੁਣ ਲਾਗੇ ਸਿੰਘ ਸੀ ਭਾਈ ਦਾਨ ਸਿੰਘ ਜੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਦਾਨ ਸਿੰਘ ਜੀ ਸਾਹਮਣੇ ਸਨ, ਭਾਈ ਦਾਨ ਸਿੰਘ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਬੇਨਤੀ ਕਰਨ ਲੱਗੇ। ਹਾਂਜੀ, ਆਪ ਪ੍ਰਭੂ ਤੁਮ ਹੋ ਬੜ ਡਾਢੇ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਬੜੇ ਡਾਢੇ ਹੋ, ਮਹਾਰਾਜ ਤੁਸੀਂ ਬਹੁਤ ਵੱਡੇ ਹੋ, ਬੜੇ ਸਮਰੱਥ ਹੋ। ਹਾਂਜੀ, ਕੋਈ ਨਾ ਕੁਛ ਕਹਿ ਸਕੇ ਕੈਸੇ, ਮਹਾਰਾਜ ਤੁਹਾਨੂੰ ਕੋਈ ਕੁਝ ਕਹਿ ਥੋੜੀ ਸਕਦਾ, ਸਾਡੇ ਵਿੱਚ ਇੰਨੀ ਕਿੱਥੋਂ ਹਿੰਮਤ ਹੈ, ਮਹਾਰਾਜ ਤੁਹਾਨੂੰ ਕੁਝ ਆਖੀਏ ਸੱਚੇ ਪਾਤਸ਼ਾਹ। ਹਾਂਜੀ, ਅਬ ਡਾਢੀ ਕ੍ਰਿਤ ਕੀਨ ਸਜੈਸੇ, ਮਹਾਰਾਜ ਹੁਣ ਵੀ ਜੋ ਆਪ ਜੀ ਕਰ ਰਹੇ ਹੋ, ਮਹਾਰਾਜ ਸਾਡੇ ਵਿੱਚ ਕਿੱਥੋਂ ਇੰਨੀ ਤਾਕਤ ਹੈ ਅਸੀਂ ਆਪ ਜੀ ਨੂੰ ਕੁਝ ਕਹਿ ਸਕੀਏ ਸੱਚੇ ਪਾਤਸ਼ਾਹ। ਹਾਂਜੀ, ਇਤਨੀ ਕੀਨ ਦੌਰ ਇਸ ਬੇਰਾ, ਪਰ ਮਹਾਰਾਜ ਪਹਿਲੀ ਵਾਰੀ ਵੇਖਿਆ ਇੱਕ ਤਿੱਤਰ ਦੇ ਪਿੱਛੇ ਇੰਨੀ ਦੌੜ ਲਾਈ ਹੋਏ ਸਾਰਿਆਂ ਨੇ, ਗੱਜ ਕੇ ਆਖੋ ਵਾਹਿਗੁਰੂ। ਕਈ ਕਿਲੋਮੀਟਰ ਤਿੱਤਰ ਹੀ ਦੌੜਾਈ ਗਿਆ ਸਾਰਿਆਂ ਨੂੰ ਜੀ, ਬਾਜ ਸਿੰਘ ਕੁੱਤੇ ਸਾਰੇ ਮਗਰ ਮਗਰ। ਮਹਾਰਾਜ ਪਹਿਲੀ ਵਾਰੀ ਵੇਖਿਆ ਵੀ ਇੱਕ ਤਿੱਤਰ ਦੇ ਮਗਰ ਇੰਨੀ ਦੌੜ ਕੀਤੀ ਹੋਵੇ। ਹਾਂਜੀ, ਕਹਾਂ ਸ਼ੇਰ ਕੋ ਹੇਰ ਅਖੇਰਾ, ਸੱਚੇ ਪਾਤਸ਼ਾਹ ਇਹ ਤਾਂ ਐਂ ਲੱਗਦਾ ਜਿਵੇਂ ਤਿੱਤਰ ਦਾ ਨਹੀਂ ਸ਼ੇਰ ਦਾ ਸ਼ਿਕਾਰ ਹੋ ਰਿਹਾ ਹੋਵੇ, ਅਤੇ ਸ਼ੇਰ ਦਾ ਵੀ ਸ਼ਿਕਾਰ ਆਪ ਜੀ ਕਰਦੇ ਹੋ, ਪਲ ਵਿੱਚ ਮਾਰ ਸੁੱਟਦੇ ਹੋ। ਪਾਉਂਟਾ ਸਾਹਿਬ ਮਹਾਰਾਜ ਨੇ ਸ਼ੇਰ ਮਾਰਿਆ ਸੀ, ਅਤੇ ਸ਼ੇਰ ਦੇ ਵਿੱਚ ਜੈਥਰਥ ਰਾਜਾ ਸੀਗਾ, ਅਤੇ ਉਸ ਜੈਥਰਥ ਰਾਜੇ ਨੂੰ ਮਹਾਰਾਜ ਨੇ ਮੁਕਤ ਕੀਤਾ ਸੀਗਾ। ਬੜਾ ਭਬਕ ਕੇ ਪਿਆ ਸੀ, ਕਿਹੜੀ ਸ਼ੇਰ ਸੀ, ਜਦੋਂ ਮਹਾਰਾਜ 'ਤੇ ਛਾਲ ਮਾਰੀ ਸਾਧ ਸੰਗਤ ਜੀ, ਮਹਾਰਾਜ ਨੇ ਪੇਟ ਵੱਢ ਕੇ ਰੱਖ ਦਿੱਤਾ ਸੀ ਉਹਦਾ ਜੀ, ਐਂਡ ਢਾਲ 'ਤੇ ਮਹਾਰਾਜ ਨੇ ਉਸ ਸ਼ੇਰ ਨੂੰ ਰੋਕ ਲਿਆ ਸੀ, ਅਤੇ ਦੋਵੇਂ ਰਾਜੇ ਕੋਲ ਖਲੋਤੇ ਸਨ, ਕਹਿੰਦੇ ਸਨ ਗੋਲੀਆਂ ਕਈ ਮਾਰਾਂਗੇ ਫਿਰ ਮਰਨਾ, ਅਤੇ ਮਹਾਰਾਜ ਨੇ ਇਕੱਲਿਆਂ ਨੇ ਇੱਕ ਖਿੰਨ ਵਿੱਚ ਮਾਰਿਆ ਸੀ ਉਸ ਸ਼ੇਰ ਨੂੰ। ਮਹਾਰਾਜ ਆਪ ਜੀ ਤਾਂ ਸ਼ੇਰ ਨੂੰ ਇੱਕ ਖਿੰਨ ਵਿੱਚ ਮਾਰ ਦਿੰਦੇ ਹੋ, ਅਤੇ ਮਹਾਰਾਜ ਅੱਜ ਤਾਂ ਇਹ ਲੱਗਾ ਜਿਵੇਂ ਤਿੱਤਰ ਦਾ ਨਹੀਂ ਸ਼ੇਰ ਦਾ ਸ਼ਿਕਾਰ ਕੀਤਾ ਹੋਵੇ, ਉਹ ਵੀ ਇੰਨਾ ਸਮਾਂ ਲਾ ਕੇ। ਹਾਂਜੀ, ਇੱਕ ਤਿੱਤਰ ਕੇ ਧਾਏ ਪਿਛਾਰੇ, ਇੱਕ ਤਿੱਤਰ ਦੇ ਮਗਰ ਮਹਾਰਾਜ ਇੰਨੀ ਖੇਚਲ ਆਪ ਜੀ ਨੇ ਕੀਤੀ। ਹਾਂਜੀ, ਦੀਏ ਹੁਸਾਏ ਤੁਰੰਗਮ ਸਾਰੇ, ਮਹਾਰਾਜ ਸਾਰੇ ਘੋੜੇ ਮਹਾਰਾਜ ਬਾਕੀ ਪਸ਼ੂ ਬਾਜ ਸਿੰਘ ਇੱਕ ਤਿੱਤਰ ਦੇ ਮਗਰ ਦੌੜਾ ਛੱਡੇ ਆਪ ਜੀ ਨੇ। ਹਾਂਜੀ, ਜੇ ਸ਼ਿਕਾਰ ਕੀ ਚਾਹ ਕਰਨ ਤੇ, ਤਿੱਤਰ ਸਹੇ ਅਨੇਕ ਹੰਤੇ, ਮਹਾਰਾਜ ਰਸਤੇ 'ਚ ਹੋਰ ਬੜੇ ਤਿੱਤਰ ਆਏ, ਬੜੇ ਜਾਨਵਰ ਆਏ, ਜੇ ਸ਼ਿਕਾਰ ਹੀ ਕਰਨਾ ਹੁੰਦਾ ਤਾਂ ਆਪ ਜੀ ਉਹਨਾਂ ਦਾ ਕਰ ਲੈਂਦੇ। ਹਾਂਜੀ, ਸ਼੍ਰੀ ਮੁਖ ਤੇ ਕਹਿ ਤਹਿ ਸਮਝਾਇਓ, ਮਹਾਰਾਜ ਖੇਡ ਕੀ ਹੈ, ਗੱਜ ਕੇ ਆਖੋ ਵਾਹਿਗੁਰੂ, ਇਹ ਤਿੱਤਰ ਦਾ ਕੀ ਚੱਕਰ ਹੈ। ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉੱਥੇ ਸਾਰਿਆਂ ਨੂੰ ਕਹਿੰਦੇ, ਭਾਈ ਹੁਣ ਧਿਆਨ ਨਾਲ ਸੁਣੋ, ਤਿੱਤਰ ਵੀ ਉੱਥੇ ਹੀ ਹੈ ਅਤੇ ਬਾਜ ਵੀ ਉੱਥੇ ਹੈ, ਸਿੰਘ ਵੀ ਉੱਥੇ ਹੈ, ਮਹਾਰਾਜ ਘੋੜੇ 'ਤੇ ਸੱਜੇ ਹਨ, ਮਹਾਰਾਜ ਘੋੜੇ 'ਤੇ ਖਲੋਤੇ ਹਾਂ, ਵਾਹਿਗੁਰੂ ਘੋੜੇ 'ਤੇ ਬੈਠੇ ਹਾਂ, ਫਿਰ ਕਥਾ ਸੁਣਾਉਂਦੇ ਹੈ ਮਹਾਰਾਜ, ਕਹਿੰਦੇ ਫਿਰ ਸਾਡੇ ਕੋਲੋਂ ਗੱਲ ਧਿਆਨ ਨਾਲ ਸੁਣੋ ਸਾਰੇ। ਹਾਂਜੀ, ਦਾਨ ਸਿੰਘ ਸੁਣੀਐ ਜਮਕਾਇਓ, ਮਹਾਰਾਜ ਕਹਿੰਦੇ ਜਿਉਂ ਕਿਉਂ ਮਾਰਿਆ, ਕੀ ਖੇਡ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਨ ਸਿੰਘ ਸਾਡੀ ਗੱਲ ਧਿਆਨ ਨਾਲ ਸੁਣੋ। ਹਾਂਜੀ, ਨਹੀਂ ਚਾਹ ਕੁਛ ਕਰਨ ਸ਼ਿਕਾਰਾ, ਮਹਾਰਾਜ ਕਹਿੰਦੇ ਸਾਡੀ ਕੋਈ ਸ਼ਿਕਾਰ ਖੇਡਣ ਦੀ ਚਾਹ ਨਹੀਂ ਸੀਗੀ, ਅਸੀਂ ਸ਼ਿਕਾਰ ਖੇਡਣ ਵਾਸਤੇ ਨਹੀਂ ਸੀ ਤੁਰੇ ਮਹਾਰਾਜ ਕਹਿੰਦੇ। ਹਾਂਜੀ, ਇਸ ਲੱਗ ਕਾਰਜ ਹੁਤੋ ਹਮਾਰਾ, ਮਹਾਰਾਜ ਕਹਿੰਦੇ ਹੈ ਇਹਨੂੰ ਤਾਂ ਮਾਰਿਆ, ਇਹ ਕੋਈ ਪਿਛਲਾ ਹੀ ਲੇਖਾ ਪੂਰਾ ਕੀਤਾ ਹੈ, ਗੱਜ ਕੇ ਆਖੋ ਵਾਹਿਗੁਰੂ। ਇਹ ਕਾਰਜ ਸੀ, ਕੰਮ ਸੀ ਇਹਦੇ ਨਾਲ, ਮਹਾਰਾਜ ਕਹਿੰਦੇ ਤਾਂ ਕੀਤਾ ਹੈ। ਸਾਧ ਸੰਗਤ ਜੀ, ਕਈ ਵਾਰੀ ਜਿਸ ਗੱਲ ਦਾ ਪਤਾ ਨਹੀਂ ਹੁੰਦਾ ਸਾਡੇ ਅੰਦਰ ਵੀ ਸ਼ੰਕਾ ਪੈਦਾ ਹੋ ਜਾਂਦੀ ਹੈ, ਸ਼ੱਕ ਪੈਦਾ ਹੋ ਜਾਂਦਾ, ਕਿੰਤੂ ਪੈਦਾ ਹੋ ਜਾਂਦੀ, ਇਹ ਕੰਮ ਕਿਉਂ, ਮਹਾਰਾਜ ਐਸਾ ਕਿਉਂ ਕਰ ਰਹੇ ਹੈ, ਮਹਾਰਾਜ ਨੇ ਇਸ ਤਰ੍ਹਾਂ ਕਿਉਂ ਕੀਤਾ। ਕਈ ਤਾਂ ਇਸੇ ਗੱਲ 'ਤੇ ਲੜਦੇ ਝਗੜਦੇ ਰਹਿੰਦੇ ਆ, ਲਓ ਜੀ ਇਹ ਸ਼ਿਕਾਰ ਕਿਉਂ ਕਹਿੰਦੇ ਆ, ਵੀ ਮਹਾਰਾਜ ਸ਼ਿਕਾਰ 'ਤੇ ਗਏ। ਉਹ ਹੁਣੇ ਤੁਹਾਨੂੰ ਪਤਾ ਲੱਗ ਜਾਣਾ ਵੀ ਸ਼ਿਕਾਰ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ।
ਮਹਾਰਾਜ ਕਹਿੰਦੇ ਦਾਨ ਸਿੰਘ ਇਹਦੇ ਪਿੱਛੇ ਵੀ ਕਾਰਨ ਹੈ। ਆਸ਼ਾ ਜਬ ਗੰਭੀਰ ਸੁਣ ਪਰੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਜਦੋਂ ਇਹਦੇ ਪਿੱਛੇ ਵੀ ਕਾਰਨ ਹੈ ਮਹਾਰਾਜ ਨੇ ਕਿਹਾ ਨਾ, ਤੇ ਦਾਨ ਸਿੰਘ ਸਮਝ ਗਏ ਵੀ ਕੋਈ ਗੰਭੀਰ ਕਾਰਨ ਹੈ। ਹਾਂਜੀ, ਦਾਨ ਸਿੰਘ ਪੁੰਨ ਬੂਜਨ ਕਰੇ, ਭਾਈ ਦਾਨ ਸਿੰਘ ਜੀ ਹੱਥ ਜੋੜ ਕੇ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਨੂੰ ਫਿਰ ਬੇਨਤੀ ਕਰਦੇ ਹੈ, ਪਾਤਸ਼ਾਹ ਦਿਓ ਸਕਲ ਸੁਣਾਏ, ਸੱਚੇ ਪਾਤਸ਼ਾਹ ਫਿਰ ਕਿਰਪਾ ਕਰੋ ਮਹਾਰਾਜ ਸਾਰੀ ਗੱਲ ਸੁਣਾ ਦਿਓ ਵੀ ਮਹਾਰਾਜ ਤਿੱਤਰ ਦੀ ਕੀ ਕਹਾਣੀ ਹੈ। ਹਾਂਜੀ, ਕਿਸ ਕਾਰਨ ਤੇ ਇਹ ਤਿਕਤਾਏ, ਜਿਸ ਕਾਰਨ ਸਾਰੇ ਭੱਜੇ ਗਏ ਹੈ, ਕਈ ਕੋ ਮਹਾਰਾਜ ਲਗਾਤਾਰ ਭੱਜੇ ਗਏ ਹੈ, ਤਿੱਤਰ ਹੱਥ ਨਹੀਂ ਸੀ ਆਉਂਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਕੀ ਕਹਾਣੀ ਹੈ। ਸ਼੍ਰੀ ਮੁਖ ਕਹਿਓ ਸੁਣੋ ਇਸ ਕਾਜ, ਰੱਜ ਕੇ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਫਿਰ ਮਹਾਰਾਜ ਆਪਣੇ ਮੁਖੋਂ ਸ਼੍ਰੀ ਮੁਖ ਤੋਂ ਉਚਾਰਨ ਕਰਦੇ ਹੈ, ਮਹਾਰਾਜ ਕਹਿੰਦੇ ਫਿਰ ਇਹਦਾ ਕਾਰਨ ਸੁਣੋ। ਹਾਂਜੀ, ਤੀਤਰ ਜਾਟ ਬਾਣੀਆਂ ਬਾਜ, ਵਾਹਿਗੁਰੂ। ਮਹਾਰਾਜ ਕਹਿੰਦੇ ਤਿੱਤਰ ਪਿਛਲੇ ਜਨਮਾਂ 'ਚ ਜੱਟ ਸੀ, ਕਿਸਾਨ ਸੀ, ਹੁਣ ਇਹਨੂੰ ਕੋਈ ਆਪਣੇ ਨਾਲ ਨਾ ਜੋੜ ਲਏ, ਲਓ ਜੀ ਸਾਡਾ ਨਾਮ ਲੈ ਤਾ, ਜੇ ਬਾਣੀਆਂ ਕੋਈ ਕਥਾ ਸੁਣਦਾ ਹੋਏ ਉਹ ਵੀ ਨਾਰਾਜ਼ ਹੋ ਜਾਏਗਾ, ਇਹ ਤਾਂ ਕੰਮ ਨੇ। ਮਹਾਰਾਜ ਕਹਿੰਦੇ ਤਿੱਤਰ ਕਿਸਾਨ, ਵਾਹਿਗੁਰੂ, ਤਿੱਤਰ ਜਿਹੜਾ ਹੈ ਇਹ ਕਿਸਾਨ ਸੀ, ਅਤੇ ਜਿਹੜਾ ਸਾਡਾ ਬਾਜ ਹੈ ਇਹ ਪਿਛਲੇ ਜਨਮ 'ਚ ਬਾਣੀਆਂ ਸੀ। ਮਹਾਰਾਜ ਕਹਿੰਦੇ ਇਹ ਪਿਛਲੇ ਜਨਮ 'ਚ ਬਾਣੀਆਂ ਸੀ। ਸਾਧ ਸੰਗਤ ਜੀ, ਹੈ ਤਾਂ ਸਾਡਾ ਵੀ ਗੁਰੂ ਸਾਹਿਬ ਨਾਲ ਕੋਈ ਪਿਛਲੇ ਜਨਮਾਂ ਦਾ ਸੰਬੰਧ ਹੀ ਹੈ, ਇਹ ਹੈ ਵੀ ਸਾਨੂੰ ਨਹੀਂ ਪਤਾ, ਹਰ ਇੱਕ ਦਾ ਕੋਈ ਨਾ ਕੋਈ ਸੰਬੰਧ ਹੁੰਦਾ, ਤਾਂ ਮਹਾਰਾਜ ਦੀ ਹਾਜ਼ਰੀ ਵਿੱਚ ਆ ਕੇ ਵੀ ਪਈਦਾ। ਜੇ ਪਿਛਲੇ ਜਨਮਾਂ ਦਾ ਸੰਬੰਧ ਕੋਈ ਨਹੀਂ ਹੈ, ਫਿਰ ਗੁਰੂ ਘਰ ਆਉਣ ਦਾ ਵੀ ਕੰਮ ਖੇਡ ਬਣਦੀ ਨਹੀਂ ਹੈ। ਪੂਰਬ ਜਨਮ ਹਮ ਤੁਮਰੇ ਸੇਵਕ, ਮਹਾਰਾਜ ਬਾਣੀ ਵਿੱਚ ਸੱਚੇ ਪਾਤਸ਼ਾਹ ਉਚਾਰਦੇ, ਆਪਾਂ ਜਿੰਨੇ ਸਿੱਖ ਹੈ ਕਥਾ ਸੁਣ ਰਹੇ ਪਿਆਰਿਓ, ਕੋਈ ਨਾ ਕੋਈ ਪਿਛਲੇ ਜਨਮਾਂ ਦਾ ਸੰਬੰਧ ਗੁਰੂ ਸਾਹਿਬ ਜੀ ਦੇ ਨਾਲ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਸਾਡਾ ਜਿਹੜਾ ਬਾਜ ਹੈ, ਮਹਾਰਾਜ ਕਹਿੰਦੇ ਪਿਛਲੇ ਜਨਮ ਦੇ ਵਿੱਚ ਬਾਣੀਆਂ ਸੀ ਕਹਿੰਦੇ। ਹਾਂਜੀ, ਪੂਰਬ ਜਨਮ ਹੁਤੇ ਨਰ ਏਈ, ਜਾਟ ਕਰਜ ਲੈ ਬਾਣੀਏ ਤੇਈ, ਤੇ ਤਿੱਤਰ ਕਿਸਾਨ ਸੀ, ਇਹਨੇ ਸਾਡੇ ਬਾਜ ਰੂਪੀ ਬਾਣੀਏ ਕੋਲੋਂ, ਵਾਹਿਗੁਰੂ, ਇਹਨੇ ਬਾਣੀਏ ਕੋਲੋਂ ਪਿਛਲੇ ਜਨਮ 'ਚ ਕਰਜ਼ਾ ਲਿਆ ਹੋਇਆ ਸੀ ਅਤੇ ਕਰਜ਼ਾ ਨਹੀਂ ਸੀ ਦਿੰਦਾ। ਹਾਂਜੀ, ਅਪਰ ਗ੍ਰਾਮ ਮੈਂ ਬਸਿਓ ਸੋ ਜਾਏ, ਕਰਜ਼ਾ ਲੈ ਕੇ ਬਾਣੀਏ ਨੂੰ ਪੈਸੇ ਨਾ ਦੇਣੇ ਪੈਣ ਅਤੇ ਹੋਰ ਪਿੰਡ ਵਿੱਚ ਜਾ ਕੇ ਇਹ ਵਸ ਗਿਆ। ਹਾਂਜੀ, ਬਾਣੀਏ ਗਹਿਓ ਲੱਗਿਓ ਕਬ ਦਾਏ, ਇੱਕ ਦਿਨ ਬਾਣੀਏ ਦਾ ਦਾਅ ਲੱਗ ਗਿਆ ਅਤੇ ਬਾਣੀਏ ਨੇ ਉਸ ਕਿਸਾਨ ਨੂੰ ਫਿਰ ਫੜ ਲਿਆ। ਮਹਾਰਾਜ ਕਹਿੰਦੇ ਦਸਵੇਂ ਪਾਤਸ਼ਾਹ ਕਥਾ ਸੁਣਾ ਰਹੇ ਹੈ, ਮਹਾਰਾਜ ਘੋੜੇ 'ਤੇ ਬੈਠੇ ਆ ਕਥਾ ਸੁਣਾ ਰਹੇ ਹੈ। ਮਹਾਰਾਜ ਕਹਿੰਦੇ ਫਿਰ ਇੱਕ ਦਿਨ ਦਾਅ ਲੱਗ ਗਿਆ ਬਾਣੀਏ ਦਾ, ਉਹਨੇ ਫੜ ਲਿਆ ਕਿਸਾਨ ਨੂੰ। ਹਾਂਜੀ, ਦਰਬ ਦੀਏ ਬਿਨ ਤਜੋ ਨਾ ਤੋਹੀ, ਆਹ ਜਿਹੜਾ ਬਾਜ ਹੈ ਸਾਡਾ ਇਹ ਬਾਣੀਆਂ ਸੀ। ਮਹਾਰਾਜ ਕਹਿੰਦੇ ਇਹ ਆਖੇ ਇਸ ਤਿੱਤਰ ਨੂੰ, ਭਾਵ ਕਿਸਾਨ ਨੂੰ, ਵੀ ਕਾਕਾ ਤੂੰ ਪਹਿਲਾਂ ਵੀ ਪੈਸੇ ਲੈ ਕੇ ਦੌੜ ਗਿਆ, ਦੂਜੇ ਪਿੰਡ ਵਿੱਚ ਜਾ ਕੇ ਰਹਿਣ ਲੱਗ ਪਿਆ, ਹੁਣ ਜੇ ਤੂੰ ਸਾਡੇ ਮੇਰੇ ਪੈਸੇ ਨਾ ਦਿੱਤੇ ਤਾਂ ਛੱਡਣਾ ਮੈਂ ਵੀ ਤੈਨੂੰ ਨਹੀਂ, ਹੁਣ ਨਹੀਂ ਤੈਨੂੰ ਛੱਡਣਾ। ਹਾਂਜੀ, ਦਗਾ ਗਏਓ ਕਰਕੇ ਸੰਗ ਮੋਹੀ, ਤੂੰ ਧੋਖਾ ਕਰਕੇ ਥਾਂ ਹੀ ਬਦਲ ਗਿਆ, ਪਿੰਡ ਹੀ ਬਦਲ ਗਿਆ। ਹਾਂਜੀ, ਜਾਟ ਕਹੇ ਅਬ ਕਹਿ ਦਿਓ ਸ਼ੋਰ, ਮਹਾਰਾਜ ਕਹਿੰਦੇ ਜਿਹੜਾ ਕਿਸਾਨ ਹੈ ਨਾ ਤਿੱਤਰ, ਇਹ ਪਿਛਲੇ ਜਨਮ 'ਚ ਕਹਿੰਦਾ ਸੀ ਮੈਨੂੰ ਹੁਣ ਛੱਡ ਦੇ, ਇੱਕ ਵਾਰੀ ਛੱਡ ਦੇ, ਦੇਵੋ ਲੱਗ ਬਿਰਾਟ ਕਾ ਤੋਰ, ਤੇਰੀ ਕੌਡੀ ਕੌਡੀ ਚੁਕਾ ਦਿਆਂਗਾ। ਮਹਾਰਾਜ ਕਹਿੰਦੇ ਬਾਣੀਏ ਦੀ ਮਿਹਨਤ ਦੀ ਕਮਾਈ ਸੀ, ਇਹ ਕਿਸਾਨ ਖਾ ਗਿਆ ਅਤੇ ਜਦੋਂ ਮੰਗਦਾ ਕਹਿੰਦਾ ਕੌਡੀ ਕੌਡੀ ਮੋੜ ਦਿਆਂਗਾ। ਹਾਂਜੀ, ਸੁਣ ਬਣੀਆਂ ਕਹਿ ਜਾਮਨ ਦੀਜੈ, ਅਤੇ ਮੈਨੂੰ ਛੱਡ ਦੇ। ਮਹਾਰਾਜ ਕਹਿੰਦੇ ਜਿਹੜਾ ਬਾਜ ਹੈ ਸਾਡਾ ਪਿਛਲੇ ਜਨਮਾਂ ਦਾ ਬਾਣੀਆ, ਅੱਗੋਂ ਇਹਨੂੰ ਕਿਸਾਨ ਕਹਿੰਦਾ, ਤਿੱਤਰ ਕਹਿੰਦਾ, ਪਿਛਲੇ ਜਨਮਾਂ ਦਾ ਕਿਸਾਨ ਕਹਿੰਦਾ ਵੀ ਛੱਡ ਦੇ, ਅਤੇ ਬਾਣੀਆ ਕਹਿੰਦਾ ਵੀ ਗਵਾਹ ਦਿਆ ਕੋਈ ਤਾਂ ਤੈਨੂੰ ਛੱਡਾਂਗਾ, ਤੇਰਾ ਕੀ ਪਤਾ ਫਿਰ ਪਿੰਡ
ਪਿੰਡ ਅਗਲਾ ਇਹ ਪਿੰਡ ਛੱਡ ਕੇ ਅਗਲੇ ਪਿੰਡ ਚਲੇ ਜਾਵੇ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਆਹ ਤਿੱਤਰ ਜਿਹੜਾ ਦੌੜਦਾ ਹੈ ਨਾ, ਇਸ ਜਨਮ ਦੀ ਦੌੜਨ ਦੀ ਆਦਤ ਨਹੀਂ, ਪਿਛਲੇ ਜਨਮ ਚ ਵੀ ਦੌੜਦਾ ਹੀ ਰਿਹਾ, ਤਾਂਹੀਓ ਹੁਣ ਵੀ ਉੱਡਦਾ ਹੀ ਗਿਆ, ਟਿਕਿਆ ਨਹੀਂ ਹੈ। ਸੰਗਤ ਜੀ, ਇਹ ਬੰਦੇ ਨੂੰ ਆਦਤਾਂ ਇੱਕ ਜਨਮ ਦੀਆਂ ਨਹੀਂ ਪਈਆਂ ਹੁੰਦੀਆਂ, ਬੜੇ ਚਿਰ ਦੀਆਂ ਆਦਤਾਂ ਪਈਆਂ, ਬੜੇ ਚਿਰ ਦੀ ਆਤਮਾ ਵਿਗੜੀ ਹੋਈ ਆ। ਹਾਂਜੀ, ਛੁੱਟ ਕਰ ਜਾਹੋ ਸਦਨ ਮਗ ਲੀਜੈ। ਕਹਿੰਦੇ ਬਾਣੀਆਂ ਕਹਿੰਦਾ ਜਾਮਨੀ ਦੇ ਤੈਨੂੰ ਮੈਂ ਛੱਡ ਦਿੰਦਾ, ਆਪਣੇ ਘਰ ਚੱਲ ਜਾ, ਪਰ ਗਵਾਹੀ ਤੇਰੀ ਕੋਈ ਭਰੇ। ਹਾਂਜੀ, ਕਹੇ ਜਾਟ ਕੋ ਜਾਮਨ ਮੇਰੋ। ਕਿਸਾਨ ਕਹਿੰਦਾ ਵੀ ਹੁਣ ਇੱਥੇ ਮੈਂ ਗਵਾਹ ਕਿਹੜਾ ਲਿਆਵਾਂ ਤੇਰੇ ਕੋਲ, ਇਸ ਪਿੰਡ ਵਿੱਚ ਤੇ ਮੈਨੂੰ ਕੋਈ ਨਹੀਂ ਜਾਣਦਾ। ਹਾਂਜੀ, ਗੁਰ ਬਿਨ ਇਹ ਥਾਂ ਆਨ ਨਾ ਹੇਰੋ। ਆਖੋ ਵਾਹਿਗੁਰੂ। ਹੁਣ ਸਿੱਖ ਬਾਣੀਆਂ ਵੀ ਸੀ ਤੇ ਸਿੱਖ ਉਹ ਕਿਸਾਨ ਵੀ ਸੀ, ਤੇ ਫਿਰ ਕਿਸਾਨ ਕਹਿੰਦਾ ਜੇ ਮੇਰੀ ਗਵਾਹੀ ਦੀ ਗੱਲ ਕਰਦਾ, ਜਾਮਨ ਦੀ ਗੱਲ ਕਰਦਾ, ਤੇ ਸਾਡੀ ਇਸ ਗੱਲ ਦੇ ਗਵਾਹ ਗੁਰੂ ਸਾਹਿਬ ਹੋਣਗੇ। ਗੁਰੂ ਦਾ ਤੇ ਜਿੱਥੇ ਕੋਈ ਧਿਆਨ ਧਰ ਲਏ ਜੀ, ਹੁਣ ਜਿਹੜੇ ਕਹਿ ਦਿੰਦੇ ਆ ਨਾ ਸਹੁੰ ਚੁੱਕੋ, ਸਹੁੰ ਚੁੱਕਣ ਦੀ ਮਰਜ਼ਾਦਾ ਕੋਈ ਨਹੀਂ ਗੁਰੂ ਘਰ ਵਿੱਚ। ਸਹੁੰ ਪਤਾ ਕੌਣ ਚੁੱਕਦਾ, ਕੌਣ ਚੁੱਕਦਾ? ਹਾਂ, ਝੂਠਾ ਹੀ ਚੁੱਕਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਨੇ ਤਾਂ ਕਹਿਣਾ ਹੀ ਨਹੀਂ ਹੈ ਸਹੁੰ ਚੁੱਕੋ, ਸੱਚੇ ਨੂੰ ਕੀ ਲੋੜ ਹੈ ਡਰਨ ਦੀ, ਉਹਨੇ ਸੱਚ ਬੋਲਣਾ, ਬੋਲਤਾ। ਆਹ ਜਿੰਨੀ ਸਹੁੰ ਵਾਲੀ ਪਾਰਟੀ ਹੈ ਸਾਰੀ ਝੂਠ ਹੀ ਹੈ, ਨਿਰਾ ਹੀ ਝੂਠ ਹੈ। ਜਿਹੜਾ ਆਖੇ ਸਹੁੰ ਖਾਓ ਸਮਝ ਲਿਆ ਕਰੋ ਇਹੋ ਹੀ ਝੂਠਾ ਹੈ, ਇਹੋ ਹੀ ਝੂਠਾ ਹੈ। ਹੁਣ ਖੇਡ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਥਾ ਸੁਣਾਉਂਦੇ ਆ। ਮਹਾਰਾਜ ਕਹਿੰਦੇ ਆ ਇਹਨੇ ਆ ਜਿਹੜਾ ਤਿੱਤਰ ਹੈ ਇਹ ਕਿਸਾਨ ਸੀ ਤੇ ਇਹ ਕਹਿੰਦਾ ਸੀ ਵੀ ਸਾਡੀ ਗੱਲ ਦੇ ਗਵਾਹ ਗੁਰੂ ਸਾਹਿਬ ਹੋਣਗੇ, ਮੈਂ ਕੌਡੀ ਕੌਡੀ ਤੇਰੀ ਜਿਹੜੀ ਆ ਉਹ ਵਾਪਸ ਮੋੜ ਦਿਆਂਗਾ। ਸੁਣ ਬਣੀਆਂ ਕਹਿ ਧਰਮ ਰੱਖੀ ਜੈ। ਬਾਣੀਆਂ ਕਹਿੰਦਾ ਫਿਰ ਧਰਮ ਰੱਖੀ, ਅੱਜ ਤੋਂ ਬਾਅਦ ਮੈਂ ਤੈਨੂੰ ਕਹਿਣਾ ਕੁਝ ਨਹੀਂ, ਪਰ ਪਿਆਰਿਆ ਚੇਤਾ ਰੱਖ ਹੁਣ ਤੂੰ ਇਸ ਗੱਲ ਦਾ ਗਵਾਹ ਗੁਰੂ ਸਾਹਿਬ ਨੂੰ ਬਣਾ ਦਿੱਤਾ, ਸਤਿਗੁਰੂ ਨੂੰ ਵਿੱਚ ਗਵਾਹ ਬਣਾ ਦਿੱਤਾ। ਹਾਂਜੀ, ਗੁਰ ਕੋ ਹੀ ਜਾਮਨ ਕਰ ਦੀਜੈ। ਧਰਮ ਰੱਖੀ ਹੁਣ ਕੌਡੀ ਕੌਡੀ ਵਾਪਸ ਮੋੜਦੀ, ਨਹੀਂ ਤੇ ਹਿਸਾਬ ਲਵਾਂਗਾ ਮੈਂ ਵੀ ਆਪਣਾ। ਤੂੰ ਵਿੱਚ ਗੁਰੂ ਸਾਹਿਬ ਦੀ ਗਵਾਹੀ ਪਾ ਦਿੱਤੀ, ਤੂੰ ਵਿੱਚ ਗੁਰੂ ਨੂੰ ਜਾਮਨ ਰੱਖਤਾ। ਹਾਂਜੀ, ਮੁਝ ਕੋ ਦੇ ਜਾਮਨ ਛੁੱਟ ਗਯੋ। ਹਾਂਜੀ, ਨਹਿ ਧਨ ਦਿਓ ਮ੍ਰਿਤਕ ਭੁੰਨ ਪਇਓ। ਦਸਵੇਂ ਪਾਤਸ਼ਾਹ ਕਹਿੰਦੇ ਸਾਡੀ ਗਵਾਹੀ ਪਾ ਦਿੱਤੀ, ਸਾਨੂੰ ਵਿੱਚ ਗਵਾਹ ਬਣਾਤਾ, ਤੇ ਇਹ ਮਹਾਰਾਜ ਕਹਿੰਦੇ ਵਿਗੜਿਆ ਸੀਗਾ ਪਿਛਲੇ ਜਨਮ 'ਚ, ਇਹਨੇ ਬਾਣੀਏ ਨੂੰ ਪੈਸੇ ਨਹੀਂ ਦਿੱਤੇ, ਅਤੇ ਬਾਣੀਏ ਨੂੰ ਪੈਸੇ ਵਾਪਸ ਮੋੜਨ ਤੋਂ ਪਹਿਲਾਂ ਹੀ ਮਰ ਗਿਆ। ਮਹਾਰਾਜ ਕਹਿੰਦੇ ਬਾਣੀਏ ਨੂੰ ਗੁੱਸਾ ਬੜਾ ਚੜਿਆ, ਅਤੇ ਮਹਾਰਾਜ ਕਹਿੰਦੇ ਫਿਰ ਬਾਣੀਆਂ ਵੀ ਕਹਿੰਦਾ ਸੀ ਕਿਤੇ ਵੇੜਾ ਮਿਲੂ ਅਤੇ ਹਿਸਾਬ ਲਵਾਂਗਾ। ਮਹਾਰਾਜ ਕਹਿੰਦੇ ਬਾਣੀਆਂ ਵੀ ਕਿਸੇ ਕਰਮਾਂ ਦੇ ਬਸ, ਮਹਾਰਾਜ ਕਹਿੰਦੇ ਬਾਜ ਬਣ ਗਿਆ, ਅਤੇ ਬਾਜ ਬਣ ਕੇ ਸਾਡੀ ਸੇਵਾ ਵਿੱਚ ਆ ਗਿਆ। ਮਹਾਰਾਜ ਕਹਿੰਦੇ ਹਾਂਜੀ, ਅਹੈ ਬਾਜ ਕੋ ਪੂਰਬ ਗਿਆਤਾ, ਹਮਰੋ ਹਾਥ ਸਪਰ ਸੇ ਗਾਤਾ, ਨਹਿ ਤੀਤਰ ਕੋ ਇਸ ਨੇ ਮਾਰਾ, ਲੈ ਹੋ ਜਾਮਨ ਤੇ ਨਿਰਧਾਰਾ। ਮਹਾਰਾਜ ਕਹਿੰਦੇ ਹੁਣ ਅਸੀਂ ਕੀ ਕਰੀਏ, ਜਦੋਂ ਅਸੀਂ ਜੰਗਲ 'ਚ ਵਿਚਰਨ ਆਏ ਸਾਂ ਤੇ ਇਹ ਤਿੱਤਰ ਆਪੇ ਜਿੱਥੇ ਬੈਠਾ ਜਾਂ ਚੁੱਪ ਬੈਠਾ ਰਹਿੰਦਾ। ਮਹਾਰਾਜ ਕਹਿੰਦੇ ਇਹ ਬੋਲ ਪਿਆ। ਗੱਜ ਕੇ ਆਖੋ ਵਾਹਿਗੁਰੂ। ਤੇ ਸਾਨੂੰ ਤੇ ਪਤਾ ਸੀ ਵੀ ਪਿਛਲੇ ਜਨਮਾਂ ਦਾ ਸਾਡਾ ਹੀ ਹੈ, ਤੇ ਤੁਸੀਂ ਕਥਾ ਸੁਣੀ ਜਦੋਂ ਬੋਲਿਆ ਉਦੋਂ ਮਹਾਰਾਜ ਨੇ ਕੀ ਕਿਹਾ ਸੀ ਵੀ ਜੇ ਬੋਲ ਲਿਆ ਤੇ ਹੁਣ ਲੱਭ ਵੀ ਲਵਾਂਗੇ ਤੈਨੂੰ, ਮਹਾਰਾਜ ਨੇ ਕਿਹਾ ਸੀ ਨਾ। ਮਹਾਰਾਜ ਕਹਿੰਦੇ ਇਹ ਬੋਲ ਪਿਆ, ਹੁਣ ਇਹ ਬੋਲ ਪਿਆ ਸੀ ਇਹਨੂੰ ਲੱਭਣਾ ਸੀ। ਮਹਾਰਾਜ ਕਹਿੰਦੇ ਦਾਨ ਸਿੰਘ ਵੇਖ, ਬਾਜ ਨੇ ਤਿੱਤਰ ਨੂੰ ਮਾਰਿਆ ਨਹੀਂ ਹੈ, ਕੌਡੀ ਕੌਡੀ ਕਹਿੰਦਾ ਸੀ ਵਾਪਸ ਮੋੜਾਂਗਾ, ਮਾਸ ਦੀਆਂ ਬੋਟੀਆਂ ਖਾ ਕੇ ਪਿਛਲੇ ਜਨਮਾਂ ਦਾ ਹਿਸਾਬ ਕਿਤਾਬ ਵੀ ਬਰਾਬਰ ਕਰ ਰਿਹਾ ਹੈ। ਸਾਧ ਸੰਗਤ ਜੀ, ਇਹ ਜਿੰਨੇ ਵੀ ਸਕੇ ਸੰਬੰਧੀ ਹੈ ਜਾਂ ਜਿਹੜੇ ਮਿਲ ਰਹੇ ਹੈ, ਜਿਹੜੇ ਦੁਖੀ ਸੁਖੀ ਕਰਨ ਦੇ ਹੈ, ਸਾਰੇ ਪਿਛਲੇ ਜਨਮਾਂ ਦਾ ਹੀ ਹਿਸਾਬ ਕਿਤਾਬ ਬਰਾਬਰ ਕਰ ਰਹੇ ਹੈ। ਜਿਹੜਾ ਸਾਡੀ ਹੁਣ ਸੇਵਾ ਕਰ ਰਿਹਾ, ਕਿਸੇ ਵੇਲੇ ਅਸੀਂ ਇਹਦੀ ਕੀਤੀ ਹੁੰਦੀ ਹੈ, ਉਹ ਫਿਰ ਸਾਡੀ ਕਰਦਾ ਹੈ। ਜਿਹੜਾ ਸਾਨੂੰ ਦੁਖੀ ਕਰਨ ਦਿਆ, ਕਿਸੇ ਵੇਲੇ ਅਸੀਂ ਇਹਨੂੰ ਕੀਤਾ ਹੁੰਦਾ, ਉਹ ਫਿਰ ਸਾਨੂੰ ਕਰਦਾ। ਅਤੇ ਜਿਹੜਾ ਨਜਾਇਜ਼ ਧੱਕਾ ਕਰਦਾ ਨਾ,
ਉਹ ਹੁਣ ਨਹੀਂ ਤਾਂ ਅਗਲੇ ਜਨਮ 'ਚ ਤਾਂ ਕਾਬੂ ਆ ਹੀ ਜਾਏਗਾ ਜੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਜਨਮ ਮਰਨ ਦੇ ਚੱਕਰ ਤੋਂ ਨਾ ਬਚਾ ਹੀ ਲੈਣ। ਪਰ ਇਹ ਜਿਹੜੇ ਹਿਸਾਬ ਕਿਤਾਬ ਹੈ ਨਾ, ਇਹ ਵਾਪਸ ਕਰ ਦੇਣੇ ਚਾਹੀਦੇ। ਜਿੰਨੇ ਜਿਹਦੇ ਕੋਲ ਦਾਰੇ ਦਾਰੇ ਪੈਸੇ ਲਏ ਸਾਰੇ ਵਾਪਸ ਕਰ ਦਿਓ ਕਥਾ ਸੁਣ ਕੇ, ਨਹੀਂ ਤਾਂ ਕੰਮ ਬੜਾ ਖਰਾਬ ਹੋਏਗਾ ਤੁਸੀਂ ਕਥਾ ਸੁਣ ਰਹੇ ਹੋ। ਹਾਂਜੀ, ਇੱਦਾਂ ਨਹੀਂ ਕਿਸੇ ਦੇ ਪੈਸੇ ਮਾਰਨੇ ਚਾਹੀਦੇ ਜੀ, ਉਹ ਦੇ ਦੇਣੇ ਚਾਹੀਦੇ, ਨਹੀਂ ਤਾਂ ਲੰਮਾ ਹਿਸਾਬ ਕਿਤਾਬ ਪੈ ਜਾਂਦਾ। ਵੇਖ ਲਓ ਅਗਲੇ ਜਨਮਾਂ ਤੱਕ ਹਿਸਾਬ ਕਿਤਾਬ ਚਲੇ ਗਿਆ। ਹੁਣ ਮਹਾਰਾਜ ਗਵਾਹ ਸਨ, ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਹੁਣ ਆਪਣੇ ਸਾਹਮਣੇ ਹਿਸਾਬ ਕਿਤਾਬ ਬਰਾਬਰ ਕਰਨ ਆਏ ਹਾਂ ਜੀ। ਪਿੱਛੇ ਦੇ ਕਥਾ ਆਈ ਜੀ ਚਾਚਾ ਫੱਗੋ ਜੀ ਦੀ ਜੀ। ਚਾਚਾ ਫੱਗੋ ਜੀ ਨੇ ਘਰ ਬਣਾਇਆ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਉਣ ਵਾਸਤੇ ਵੱਡਾ ਦਰਵਾਜ਼ਾ ਲਾਇਆ। ਮਹਾਰਾਜ ਚਾਚੇ ਫੱਗੋ ਦੇ ਘਰ ਵਿੱਚ ਬੈਠੇ ਅਤੇ ਚਾਚਾ ਫੱਗੋ ਸਾਰੀਆਂ ਭੇਟਾਵਾਂ ਮਹਾਰਾਜ ਨੂੰ ਦਿੱਤੀਆਂ। ਮਹਾਰਾਜ ਕਹਿੰਦੇ ਚਾਚੇ ਫੱਗੋ ਸਾਰਾ ਕੁਝ ਨਹੀਂ ਤੂੰ ਸਾਨੂੰ ਦਿੱਤਾ। ਚਾਚਾ ਫੱਗੋ ਕਹਿੰਦਾ ਮਹਾਰਾਜ ਸਾਰਾ ਕੁਝ ਦੇਤਾ ਹੈ। ਮਹਾਰਾਜ ਕਹਿੰਦੇ ਨਹੀਂ ਫੱਗੋ ਸਾਰਾ ਕੁਝ ਨਹੀਂ ਦਿੱਤਾ, ਚੇਤੇ ਕਰ। ਫੱਗੋ ਨੇ ਚੇਤਾ ਕੀਤਾ ਵੀ ਮੈਂ ਗ੍ਰਾਹੀ ਕਰਨ ਦਸਵੰਧ ਇਕੱਠਾ ਕਰਨ ਗਿਆ ਸਾਂ, ਇੱਕ ਮਾਈ ਨੇ ਗੁੱਸੇ 'ਚ ਮੇਰੀ ਝੋਲੀ 'ਚ ਕੂੜਾ ਪਾ ਦਿੱਤਾ ਸੀ ਵੀ ਲੈ ਜੇ ਤੂੰ ਲੈ ਕੇ ਜਾਣਾ ਅਤੇ ਕੂੜਾ ਲੈ ਜਾ। ਜਦੋਂ ਉਹਨੇ ਕੂੜਾ ਪਾਇਆ ਅਤੇ ਚਾਚਾ ਫੱਗੋ ਨੇ ਸਾਧ ਸੰਗਤ ਜੀ ਉਹ ਕੂੜੇ ਨੂੰ ਛਾਣਿਆ ਅਤੇ ਬੇਰ ਦੀ ਗਿਟਕ ਨਿਕਲੀ, ਉਹ ਬੇਰ ਉਹਨੇ ਨੱਪ ਦਿੱਤਾ ਜੀ। ਬੇਰ ਦੀ ਬਣ ਗਈ ਬੇਰੀ ਅਤੇ ਬੇਰੀ ਦੇ ਬੇਰ ਤੋੜ ਕੇ ਉਹਨੇ ਮਹਾਰਾਜ ਦੇ ਚਰਨਾਂ 'ਚ ਰੱਖੇ। ਕਹਿੰਦਾ ਮਹਾਰਾਜ ਆਹ ਰਹਿ ਗਿਆ ਸੀ। ਮਹਾਰਾਜ ਕਹਿੰਦੇ ਪਤਾ ਚਾਚਾ ਫੱਗੋ ਸਾਨੂੰ ਕਿਵੇਂ ਪਤਾ? ਕਹਿੰਦੇ ਨਹੀਂ ਮਹਾਰਾਜ। ਮਹਾਰਾਜ ਕਹਿੰਦੇ ਚਾਚਾ ਫੱਗੋ ਜਦੋਂ ਤੇਰੀ ਝੋਲੀ ਵਿੱਚ ਉਹ ਬੀਬੀ ਨੇ ਬੇਰ ਪਾਏ ਤੈਨੂੰ ਬੁਰੇ ਬੋਲ ਬੋਲ ਰਹੀ ਸੀ, ਵਾਹਿਗੁਰੂ ਬੀਬੀ ਨੇ ਕੂੜਾ ਪਾਇਆ ਉਹ ਬੁਰੇ ਬੋਲ ਬੋਲ ਰਹੀ ਸੀ, ਤੂੰ ਬੁਰੇ ਬੋਲ ਸੁਣ ਕੇ ਚੁੱਪ ਕਰਕੇ ਕੂੜਾ ਆਪਣੀ ਝੋਲੀ 'ਚ ਪਵਾ ਲਿਆ, ਉਰੋ ਗੁਪਤ ਰੂਪ ਵਿੱਚ ਅਸੀਂ ਤੇਰੇ ਲਾਗੇ ਖਲੋਤੇ ਸਾਂ ਮਹਾਰਾਜ ਕਹਿੰਦੇ ਤਾਂ ਸਾਨੂੰ ਪਤਾ। ਅਤੇ ਉਹ ਉਦੋਂ ਵੀ ਮੈਂ ਬੇਨਤੀ ਕੀਤੀ ਸੀ, ਮੈਂ ਆਖਿਆ ਜੀ ਜਿਹਦੇ ਜਿਹੜਾ ਜਿਹੜਾ ਹਿਸਾਬ ਕਿਤਾਬ ਹੈ ਆਪਣਾ ਹਿਸਾਬ ਕਿਤਾਬ ਕਲੀਅਰ ਕਰ ਦਿਓ, ਗੁਰੂ ਸਾਰਾ ਲੇਖਾ ਲੈਂਦਾ ਹੈ। ਤੋ ਕਿਸੇ ਨੇ ਮੇਰੇ 20 ਰੁਪਈਏ ਦੇਣੇ ਸਨ, ਉਹ ਦੋ ਦਿਨ ਮੈਨੂੰ ਲੱਭਦਾ ਰਿਹਾ ਭਾਈ ਇੰਦਰਜੀਤ ਸਿੰਘ ਜੀ, ਉਹ ਕਹਿੰਦੇ ਵੀ ਭਾਈ ਆਪਦੇ 20 ਰੁਪਏ ਲੈ ਲਾ ਕੱਜ ਕੇ ਆਖੋ। ਮੈਂ ਕਿਉਂ? ਕਹਿੰਦੇ ਕਥਾ ਦਾ ਅਸਰ ਹੈ। ਕਹਿੰਦੇ ਮਹਾਰਾਜ ਲੇਖਾ ਲੈਂਦੇ, ਮੈਂ ਕੀ ਲੇਖਾ ਦਿਆਂਗਾ। ਅਤੇ ਸਾਧ ਸੰਗਤ ਜੀ ਇਹ ਕਥਾ ਸੁਣੀ ਹੈ, ਜਿਹਨੇ ਜਿਹੜੇ 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 ਪੈਸੇ ਦੇਣੇ ਚੁੱਪ ਕਰਕੇ ਹੀ ਵਾਪਸ ਮੋੜ ਦਿਓ, ਕਿਉਂ ਸਾਧ ਸੰਗਤ ਜੀ ਫਿਰ ਲੇਖੇ ਜੋਖੇ ਲੰਮੇ ਪੈ ਜਾਂਦੇ ਹੈ। ਮਹਾਰਾਜ ਕਹਿੰਦੇ ਹੁਣ ਅਸੀਂ ਕੀ ਕਰੀਏ, ਪਿਛਲੇ ਜਨਮਾਂ ਦੀ ਗਵਾਹੀ ਹੈ। ਹਾਂਜੀ, ਹਮਨੇ ਆਪਣ ਜਾਮ ਨੀ ਲਾਹੀ, ਅਸੀਂ ਤੇ ਆਪਣੀ ਜਾਮ ਨੀ ਲਾਈ, ਆਪਣੀ ਗਵਾਹੀ ਲਾਈ ਵੀ ਲਓ ਕਰ ਲਓ ਹਿਸਾਬ ਕਿਤਾਬ ਪੂਰਾ। ਹਾਂਜੀ, ਜੀਅਤ ਦਿਓ ਗਹਿ ਵੱਡ ਵੱਡ ਖਾਹੀ। ਮਹਾਰਾਜ ਕਹਿੰਦੇ ਉਦੋਂ ਜਿਉਂਦਾ ਫੜਿਆ ਗਿਆ ਸੀ ਅਤੇ ਉਦੋਂ ਦੇ ਦਿੰਦਾ ਠੀਕ ਸੀ, ਫਿਰ ਮਰ ਗਿਆ, ਹੁਣ ਮਹਾਰਾਜ ਕਹਿੰਦੇ ਉਹ ਵੱਡ ਵੱਡ ਖਾ ਰਿਹਾ ਇਹਨੂੰ ਵੀ ਦੇ। ਹਾਂਜੀ, ਸੁਣ ਕਰ ਦਾਨ ਸਿੰਘ ਕਰ ਜੋਰੇ। ਦਾਨ ਸਿੰਘ ਜੀ ਨੇ ਇਹ ਪ੍ਰਸੰਗ ਸੁਣ ਕੇ ਮਹਾਰਾਜ ਜੀ ਦੇ ਮੁਖੋਂ ਆਪਣੇ ਹੱਥ ਜੋੜ ਲਏ, ਪਰਿਓ ਚਰਨ ਪਰ ਪ੍ਰਭੂ ਨਿਹੋਰੇ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਏ ਭਾਈ ਦਾਨ ਸਿੰਘ ਜੀ। ਹਾਂਜੀ, ਸਨਮੁਖ ਬੋਲਿਓ ਹੇ ਗੁਰ ਭੁੱਲਾ। ਤੇ ਸਾਹਮਣੇ ਹੋ ਕੇ ਭਾਈ ਦਾਨ ਸਿੰਘ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲੋਂ ਹੀ ਭੁੱਲ ਹੋ ਗਈ ਸੀ। ਹਾਂਜੀ, ਬਖਸ਼ੋ ਮੋਹੇ ਦਾਸ ਅਨੁਕੂਲਾ। ਮੈਂ ਐਵੇਂ ਹੀ ਸ਼ੰਕਾ ਕਰ ਬੈਠਾ, ਮੈਂ ਆਖਿਆ ਵੀ ਇਹ ਕੀ ਖੇਡ ਹੈ, ਮਹਾਰਾਜ ਐਸਾ ਕਿਉਂ ਕਰਾਉਂਦੇ ਆ। ਦਾਨ ਸਿੰਘ ਕਿਉਂ ਚਿੰਤ ਅਧੀਨ। ਮੈਂ ਐਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਸ਼ੰਕਾ ਕਰ ਬੈਠਾ, ਕਿਰਪਾ ਕਰੋ ਮੇਰੇ ਕੋਲ ਭੁੱਲ ਹੋ ਗਈ, ਮੈਂ ਗਲਤ ਸੋਚ ਬੈਠਾ, ਮੈਨੂੰ ਮਾਫ ਕਰ ਦਿਓ ਮਹਾਰਾਜ। ਮੈਂ ਸੋਚ ਬੈਠਾ ਵੀ ਮਹਾਰਾਜ ਉਹਨੂੰ ਕੁਝ ਕਹਿਣ ਨਹੀਂ ਦੇ। ਕਹਿੰਦਾ ਮੈਨੂੰ ਕੀ ਪਤਾ ਸੀ ਵੀ ਮਹਾਰਾਜ ਪਿਛਲੇ ਜਨਮਾਂ ਦਾ ਲੇਖਾ ਜੋਖਾ ਹੈ। ਸਾਧ ਸੰਗਤ ਜੀ ਲੇਖੇ ਜੋਖੇ ਕਹਿੰਦੇ ਮਾਵਾਂ ਧੀਆਂ ਦੇ ਵੀ ਹੋ ਜਾਂਦੇ ਹੈ, ਲੇਖਾ ਜੋਖਾ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਬਚਾਉਣ। ਵੈਸੇ ਕਿਸੇ ਦਾ ਵੀ ਰੱਖਣਾ ਨਹੀਂ ਚਾਹੀਦਾ ਜੀ, ਸੇ ਕਨੇਹੇ ਆ ਪੁਸਤਕ ਪੜ੍ਹ ਲਓ, ਉਹਦੇ ਵਿੱਚ ਇੱਕ ਆਇਆ ਸੀਗਾ ਗੁਰਮੁਖਾਂ ਦੇ ਕੋਲ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਕੋਲ, ਕਹਿੰਦਾ ਸੀ ਮੈਂ ਕਈ ਵਾਰੀ ਬੋਰ ਕਰਾਇਆ, ਗੱਲ ਨਹੀਂ ਮੇਰੀ ਬਣਦੀ,
ਕੀ ਗੱਲ ਹੈ, ਹੁਣ ਤਾਂ ਗਰੀਬ ਹੋ ਗਿਆ, ਕੰਗਾਲ ਹੋ ਗਿਆ, ਹੁਣ ਪੈਸੇ ਨਹੀਂ ਹੈ। ਮਹਾਂਪੁਰਖ ਕਹਿੰਦੇ ਭਾਈ ਤੇਰੇ ਪਹਿਲੇ ਬੋਰ 'ਚੋਂ ਹੀ ਪਾਣੀ ਆ ਜਾਣਾ, ਇੱਕ ਕੰਮ ਕਰ। ਕਹਿੰਦਾ ਕੀ? ਕਹਿੰਦੇ ਦੱਸ ਕਿਸੇ ਦੇ ਪੈਸੇ ਤਾਂ ਨਹੀਂ ਮਾਰੇ। ਉਹ ਬੰਦਾ ਕਿੱਥੋਂ ਮੰਨਦਾ ਹੈ ਛੇਤੀ, ਉਹ ਨਾ ਮੰਨੇ। ਕਹਿੰਦੇ ਫਿਰ ਤੂੰ ਦੱਸੇਗਾ ਕਿ ਅਸੀਂ ਦੱਸੀਏ, ਅੰਤਰਜਾਮੀ ਸਨ। ਫਿਰ ਉਹਨੇ ਆਪੇ ਹੀ ਦੱਸਿਆ ਵੀ ਐਵੇਂ ਐਵੇਂ ਇੱਕ ਗਰੀਬ ਹੈ, ਉਹਦਾ 250 ਰੁਪਈਆ ਦੇਣਾ। ਕਹਿੰਦੇ ਜਾ ਘਰ ਜਾ ਕੇ ਦੇ ਕੇ ਆ, ਕੜਾ ਪ੍ਰਸ਼ਾਦ ਦੀ ਦੇਗ ਕਰਾ, ਅਰਦਾਸ ਕਰਾਈ ਮੁਆਫ਼ੀ ਭੁੱਲ ਬਖਸ਼ਾਈ। ਸਾਧ ਸੰਗਤ ਜੀ ਉਹਨੇ ਉਹ 250 ਰੁਪਈਆ ਅਤੇ ਜਿੰਨਾ ਵਿਆਜ ਬਣਦਾ ਸੀ ਉਹ ਜਾ ਕੇ ਦਿੱਤਾ। ਉਹ ਬੜਾ ਹੀ ਖੁਸ਼ ਹੋਇਆ, ਹੁਣ ਕਿਸੇ ਦੇ ਮਰੇ ਪੈਸੇ ਇੱਕਦਮ ਵਾਪਸ ਮਿਲ ਜਾਣ ਉਹ ਖੁਸ਼ ਹੋ ਜਾਂਦਾ। ਉਹ ਇੱਕਦਮ ਬੜਾ ਖੁਸ਼ ਹੋ ਗਿਆ, ਕੜਾ ਪ੍ਰਸ਼ਾਦ ਦੀ ਦੇਗ ਕਰਾ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਮੁਆਫ਼ੀ ਦੀ ਕੀਤੀ ਅਰਦਾਸ, ਅਤੇ ਜਿਹੜਾ ਪਹਿਲਾ ਬੋਰ ਸੀ ਉਹਦੇ ਵਿੱਚੋਂ ਹੀ ਪਾਣੀ ਨਿਕਲ ਆਇਆ। ਸਾਧ ਸੰਗਤ ਜੀ ਉਹ ਮਹਾਂਪੁਰਖਾਂ ਨੂੰ ਪੁੱਛਦਾ ਕੀ ਹੈ? ਉਹ ਕਹਿੰਦੇ ਗਰੀਬ ਦੀ ਆਹ ਲੱਗੀ ਹੋਈ ਸੀ ਤਾਂ ਤੇਰਾ ਕੰਮ ਨਹੀਂ ਸੀ ਬਣਦਾ, ਹੁਣ ਇਹ ਕੰਮ ਕੀਤਾ, ਹੁਣ ਵੇਖੀ ਤੇਰੀ ਚੜ੍ਹਦੀ ਕਲਾ ਹੋ ਜਾਣੀ ਹੈ। ਸੋ ਗੁਰਸਿੱਖ ਇਸ ਪਾਸੋਂ ਵੀ ਸੁਚੇਤ ਹੋਣੇ ਚਾਹੀਦੇ ਹੈ, ਜਿਹੜੇ ਗੁਰਸਿੱਖ ਹੈ ਨਾ ਉਹ ਇਸ ਪਾਸੋਂ ਵੀ ਸੁਚੇਤ ਹੋਣੇ ਚਾਹੀਦੇ ਹੈ। ਅੰਦਰ ਦੀ ਖੇਡ ਫਿਰ ਚੜ੍ਹਦੀ ਕਲਾ ਵਿੱਚ ਹੋਈ ਜਾਂਦੀ ਹੈ। ਸੋ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਉਹ ਮਾਫ਼ੀ ਮੰਗਦੇ, ਭਾਈ ਦਾਨ ਸਿੰਘ ਮਹਾਰਾਜ ਮੈਨੂੰ ਮਾਫ਼ੀ ਦੇ ਦਿਓ, ਮੈਂ ਆਪ ਜੀ ਤੇ ਸ਼ੰਕਾ ਕੀਤਾ ਸੀ। ਦਾਨ ਸਿੰਘ ਕਿਉਂ ਚਿੰਤ ਅਧੀਨ, ਮਹਾਰਾਜ ਕਹਿੰਦੇ ਦਾਨ ਸਿੰਘ ਕਿਉਂ ਚਿੰਤਾ ਕਰਦਾ ਹੈ? ਉੱਤਰ ਹੀ ਤੈ ਬੂਝਨ ਕੀਨ, ਮਹਾਰਾਜ ਕਹਿੰਦੇ ਤੂੰ ਕੋਈ ਸ਼ੰਕਾ ਥੋੜੀ ਕੀਤਾ, ਤੂੰ ਕਾਰਨ ਹੀ ਪੁੱਛਿਆ ਵੀ ਮਹਾਰਾਜ ਇਹ ਕੀ ਹੋ ਰਿਹਾ। ਹਾਂਜੀ, ਦਾਨ ਸਿੰਘ ਪੁਨ ਮਸਤਕ ਟੇਕਾ, ਭਾਈ ਦਾਨ ਸਿੰਘ ਨੇ ਸ਼ੁਕਰ ਸ਼ੁਕਰ ਕੀਤਾ, ਮਹਾਰਾਜ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਮੱਥਾ ਟੇਕਿਆ, ਆਪਾਂ ਵੀ ਟੇਕੀ ਆਖੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਤੁਮਰੀ ਖੁਸ਼ੀ ਚਾਹੈ ਇੱਕ ਇੱਕ, ਮਹਾਰਾਜ ਸੱਚੇ ਪਾਤਸ਼ਾਹ ਮੈਂ ਤੇ ਸਦਾ ਆਪ ਜੀ ਦੀ ਖੁਸ਼ੀ ਚਾਹੁੰਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਹਾਂਜੀ, ਚੜ੍ਹ ਤਹਿ ਤੇ ਪਹੁੰਚੇ ਨਿਜ ਡੇਰੇ, ਉੱਥੋਂ ਸੱਚੇ ਪਾਤਸ਼ਾਹ ਫਿਰ ਘੋੜਿਆਂ ਤੇ ਚੜ੍ਹੇ, ਤਿੱਤਰ ਦਾ ਅਤੇ ਬਾਜ ਦਾ ਕਿਰਾਇਆ ਹਿਸਾਬ ਕਿਤਾਬ ਬਰਾਬਰ, ਅਤੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਤੁਰ ਪਏ। ਜਿਸ ਕੰਮ ਵਿੱਚ ਪਿਆਰਿਓ ਗੁਰੂ ਦੀ ਗਵਾਹੀ ਰੱਖੋਗੇ, ਗੁਰੂ ਨੇ ਤਾਂ ਉਸ ਕੰਮ ਵਿੱਚ ਫਿਰ ਹਾਜ਼ਰ ਹੋਣਾ ਹੀ ਹੋਣਾ ਹੈ ਜੀ, ਅਤੇ ਮਹਾਰਾਜ ਨੇ ਫਿਰ ਮੁਕਤ ਦੋਵਾਂ ਨੂੰ ਹੀ ਕਰਨਾ, ਭਲਾ ਮਹਾਰਾਜ ਨੇ ਦੋਵਾਂ ਦਾ ਹੀ ਕਰਨਾ। ਇਸ ਕਰਕੇ ਗੱਲ ਕਰਦਿਆਂ ਵੀ ਸੰਕੋਚ ਲੈਣਾ ਚਾਹੀਦਾ, ਐਵੇਂ ਗੁਰੂ ਅਵਲ ਤਾਂ ਇਹੋ ਜਿਹਾ ਧੋਖੇਬਾਜ਼ੀ ਕਰਨੀ ਨਹੀਂ ਚਾਹੀਦੀ ਜੀ, ਬਿਲਕੁਲ ਨਹੀਂ ਕਰਨੀ ਚਾਹੀਦੀ। ਪਰ ਗੁਰੂ ਦੀ ਗਵਾਹੀ ਜਿਸ ਕੰਮ ਵਿੱਚ ਪਾਉਣੀ ਹੈ, ਫਿਰ ਪਿਆਰਿਓ ਚੇਤਾ ਰੱਖਿਓ, ਗੁਰੂ ਸਾਹਿਬ ਨੇ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨਾ ਹੀ ਕਰਨਾ ਹੈ। ਅਵਲ ਜੇ ਕਹੋ ਨਾ ਤਾਂ ਜੇ ਕਹੋ ਫਿਰ ਉਹਦੇ 'ਤੇ ਪੂਰੇ ਰਹੋ। ਹਾਂਜੀ, ਖਾਣ ਪਾਨ ਕੀ ਨਸਤੇ ਸਵੇਰੇ, ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਫਿਰ ਡੇਰੇ ਪਹੁੰਚੇ, ਖਾਣ ਪਾਨ ਕੀਤਾ, ਆਰਾਮ ਕੀਤਾ। ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਸਾਧ ਸੰਗਤ ਜੀ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ ਜੀ ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹੇ, ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।